ਪਾਉਂਦੇ ਔਸੀਆਂ ਤੇ ਮਾਰਦੇ ਸੀ ਕੰਧਾਂ ਉੱਤੇ ਲੀਕਾਂ ਪਾਉਂਦੇ ਔਸੀਆਂ ਤੇ ਮਾਰਦੇ ਸੀ ਕੰਧਾਂ ਉੱਤੇ ਲੀਕਾਂ ਬੜੇ ਚਿਰਾਂ ਬਾਅਦ ਮੁੱਕੀਆਂ ਨੇ ਸਾਡੀਆਂ ਉਡੀਕਾਂ ਜੀ ਆਇਆਂ ਨੂੰ ਜੀ ਚਾਰ ਚੰਨ ਲਾਉਣ ਵਾਲਿਓ ਜੀ ਆਇਆਂ ਨੂੰ ਜੀ ਸਾਡੇ ਵਿਹੜੇ ਆਉਣ ਵਾਲਿਓ ਇਹਨਾਂ ਲਾਈਨਾਂ ਨਾਲ ਮੈਂ ਹਾਜ਼ਰ ਹਾਂ ਜੀ ਜਗਤਾਰ ਸਿੰਘ ਜੱਗੀ ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਰਾਮ ਸਲਾਮ ਹੈਲਥ ਅਤੇ ਹੈਲੋ ਹੈ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਲਾਈਨਾਂ ਬੋਲੀਆਂ ਪਾਉਂਦੇ ਔਸੀਆਂ ਅਤੇ ਮਾਰਦੇ ਸੀ ਕੰਧਾਂ ਉੱਤੇ ਲੀਕਾਂ ਬੜੇ ਚਿਰਾਂ ਪਿੱਛੋਂ ਮੁੱਕੀਆਂ ਨੇ ਸਾਡੀਆਂ ਉਡੀਕਾਂ ਔਰ ਇਹ ਉਡੀਕਾਂ ਜਿਹੜੀਆਂ ਹੈਗੀਆਂ ਨੇ ਬੜੇ ਚਿਰਾਂ ਪਿੱਛੋਂ ਮੁੱਕੀਆਂ ਨੇ ਸਾਡੇ ਦਰਸ਼ਕ ਬਿਲਕੁਲ ਭਲੀ ਭਾਂਤ ਸਮਝ ਗਏ ਹੋਣਗੇ ਲਗਭਗ ਡੇਢ ਪੌਣੇ ਦੋ ਸਾਲ ਦੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਮਾਹੌਲ ਜਿਹੜਾ ਉਹ ਥੋੜ੍ਹਾ ਜਿਹਾ ਵਧੀਆ ਹੋਇਆ ਵਧੀਆ ਤੋਂ ਭਾਵ ਇਹ ਹੈ ਵੀ ਮੇਲੇ ਹੋਣੇ ਸ਼ੁਰੂ ਹੋ ਗਏ ਆ ਖੇਡ ਮੇਲੇ ਹੋਣੇ ਸ਼ੁਰੂ ਹੋ ਗਏ ਨਾਲ ਦੀ ਨਾਲ ਤੀਆਂ ਵਗੈਰਾ ਜਾਂ ਹੋਰ ਬਹੁਤ ਸਾਰੀਆਂ ਈਵੈਂਟਸ ਜਿਹੜੀਆਂ ਹੈਗੀਆਂ ਉਹ ਵੀ ਸ਼ੁਰੂ ਹੋ ਗਈਆਂ ਨੇ ਸੋ ਇਹ ਅਮਰੀਕਾ ਮੁੱਕਦੇ ਹੀ ਜਿਹੜਾ ਇੱਕ ਬਹੁਤ ਵੱਡਾ ਮੇਲਾ ਹੁੰਦਾ ਜੀ ਮਿਸ਼ੀਗਨ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਉਹ ਮੇਲਾ ਹੋ ਰਿਹਾ ਉੱਥੇ ਔਰ ਪਿਛਲੇ ਸਾਲ ਨਹੀਂ ਹੋ ਪਾਇਆ ਕੋਵਿਡ ਕਰਕੇ ਔਰ ਸਾਡੀ ਖੁਸ਼ਕਿਸਮਤੀ ਇਹ ਹੈ ਕਿ ਜਦੋਂ ਤੋਂ ਤਕਰੀਬਨ ਉਹ ਮੇਲਾ ਹੋ ਰਿਹਾ 16ਵਾਂ ਹੈ ਇਸ ਵਾਰੀ ਸ਼ਾਇਦ 14ਵਾਂ ਅਤੇ ਉਦੋਂ ਤੋਂ ਹੀ ਅਸੀਂ ਜਸ ਪੰਜਾਬੀ ਟੀਮ ਸਾਡੀ ਉੱਥੇ ਜਾਂਦੀ ਹੈ ਅਤੇ ਲਾਈਵ ਕਵਰੇਜ ਕਰਕੇ ਪੂਰੀ ਦੁਨੀਆ ਦੇ ਵਿੱਚ ਦਿਖਾਉਂਦੀ ਹੈ ਬੜੀ ਮਾਣ ਵਾਲੀ ਗੱਲ ਆ ਪਰ ਇਸ ਵਾਰ ਮੈਂ ਨਹੀਂ ਜਾ ਸਕਿਆ ਮਿਸ ਕਰ ਰਿਹਾ ਅਤੇ ਸਾਡੇ ਨਾਲ ਉਸ ਮੇਲੇ ਦੇ ਪ੍ਰਬੰਧਕਾਂ ਦੇ ਵਿੱਚੋਂ ਦੋ ਜਣੇ ਜੁੜੇ ਨੇ ਜੀ ਸੁਖਦੇਵ ਸਿੰਘ ਸੇਖੋਂ ਅਤੇ ਨਾਲ ਰਾਜ ਜਾਮਾ ਰਾਏ ਪੰਜਾਬ ਕਲਚਰ ਐਂਡ ਸਪੋਰਟਸ ਐਸੋਸੀਏਸ਼ਨ ਜਿਹੜੀ ਮਿਸ਼ੀਗਨ ਦੀ ਹੈਗੀ ਆ ਕੱਲ੍ਹ ਨੂੰ ਜਾਣੀ ਕਿ 28 ਅਗਸਤ ਨੂੰ ਇਹ ਮੇਲਾ ਹੋਣ ਜਾ ਰਿਹਾ ਸਾਡੇ ਉਹਨਾਂ ਨੂੰ ਲਾਈਵ ਲੈਣ ਦਾ ਮਕਸਦ ਇਹ ਵੀ ਹੈਗਾ ਕਿ ਮੀਂਹ ਉੱਥੇ ਪੈ ਗਿਆ ਸੀਗਾ ਕੱਲ੍ਹ ਅਤੇ ਉਸ ਕਰਕੇ ਕਿਸੇ ਨੇ ਫਾੜ ਆਤੀ ਸੀ ਮੇਲਾ ਸ਼ਾਇਦ ਪੋਸਟਪੋਨ ਹੋ ਗਿਆ ਸੋ ਉਹ ਜਾਣਦੇ ਆ ਸਾਡੇ ਪ੍ਰਬੰਧਕਾਂ ਕੋਲੋਂ ਕਿ ਕੀ ਮਾਹੌਲ ਆ ਅਤੇ ਕਿਵੇਂ ਦਾ ਕੱਲ੍ਹ ਦੀ ਤਿਆਰੀ ਹੈਗੀ ਆ ਸੁਖਦੇਵ ਸੇਖੋਂ ਸਾਹਿਬ ਅਤੇ ਰਾਜ ਜਾਮਾ ਰਾਏ ਅਤੇ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਵੀ ਲਾਈਵ ਉੱਥੋਂ ਕੀਤਾ ਸੀ ਜਿਹੜਾ ਅੱਜ ਤੇ ਮੈਂ ਫਿਰ ਸੋਚਿਆ ਵੀ ਮੈਂ ਐਤਕੀ ਯਾਦ ਨਹੀਂ ਸਕਿਆ ਤੇ ਮੈਂ ਆਪਣੀ ਹਾਜ਼ਰੀ ਪਹਿਲਾਂ ਲਵਾਵਾਂ ਜ਼ਰੂਰ ਮੇਲੇ ਦੇ ਵਿੱਚ ਪਹਿਲਾਂ ਤਾਂ ਤੁਹਾਡੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਸ਼ੁਭ ਕਾਮਨਾਵਾਂ ਜੀ ਥੈਂਕ ਯੂ ਜੱਗੀ ਭਾਅ ਜੀ ਤੁਹਾਡਾ ਅਤੇ ਜਸ ਪੰਜਾਬੀ ਦਾ ਆਲਵੇਜ਼ 12-13 ਸਾਲ ਤੋਂ ਕਵਰ ਕਰਦੇ ਤੁਸੀਂ ਇੱਥੇ ਆ ਕੇ ਮਿਸ਼ੀਗਨ ਦਾ ਮੇਲਾ ਹਰ ਸਾਲ ਤੁਹਾਡਾ ਅਤੇ ਤੁਹਾਡੀ ਟੀਮ ਦਾ ਹੀ ਥੈਂਕ ਯੂ ਕਰਾਂਗੇ ਪਹਿਲਾਂ ਤਾਂ ਜਸ ਪੰਜਾਬੀ ਦਾ ਥੈਂਕ ਯੂ ਕਰਾਂਗੇ ਕਿ ਤੁਹਾਡੇ ਨਾਲ ਸਾਡੇ ਬਹੁਤ ਚੰਗੇ ਰਿਲੇਸ਼ਨ ਬਣ ਚੁੱਕੇ ਆ 12 ਸਾਲ ਤੋਂ ਅਤੇ ਇੱਦਾਂ ਹੀ ਅੱਗੇ ਵੀ 10-12 ਮੇਲੇ ਜਿੰਝ ਵੀ ਹੁੰਦੇ ਰਹਿਣ ਸਾਡੇ ਵੱਲੋਂ ਤੁਸੀਂ ਸਾਰੀ ਟੀਮ ਲੈ ਕੇ ਇੱਥੇ ਇੱਦਾਂ ਹੀ ਹਾਜ਼ਰ ਹੋ ਹਾਂਜੀ ਭਾਅ ਜੀ ਬਿਲਕੁਲ ਇਸੇ ਤਰ੍ਹਾਂ ਹੀ ਆ ਜੇ ਐਤਕੀ ਸਾਨੂੰ ਵੀ ਤੁਹਾਡੀ ਬਹੁਤ ਯਾਦ ਆ ਰਹੀ ਹੈ ਮਿਸ ਕਰ ਰਹੇ ਤੁਹਾਨੂੰ ਅਸੀਂ ਅਗਲੇ ਸਾਲ ਆਪਾਂ ਫਿਰ ਇਕੱਠੇ ਹੋਵਾਂਗੇ ਪਰ ਜਸ ਪੰਜਾਬੀ ਨੇ ਸਾਡੀ ਬਹੁਤ ਸਪੋਰਟ ਕੀਤੀ ਆ ਸਾਡਾ ਮੇਲਾ ਕਾਫੀ ਹਾਈ ਲੈਵਲ ਤੱਕ ਲੈ ਗਏ ਨੇ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੇ ਬਿਲਕੁਲ ਜੀ ਅਗਲੀ ਵਾਰ ਜ਼ਰੂਰ ਦਰਸ਼ਨ ਕਰਾਂਗੇ ਮੈਂ ਵੀ ਬਹੁਤ ਮਿਸ ਕਰ ਰਿਹਾ ਅਸਲ ਦੇ ਵਿੱਚ ਮਿਸ਼ੀਗਨ ਦੀ ਜੇ ਗੱਲ ਕਰੀਏ ਨਾ ਜੀ ਖੇਡ ਮੇਲੇ ਤਾਂ ਅਸੀਂ ਪੂਰੀ ਦੁਨੀਆ ਦੇ ਵਿੱਚ ਕੀਤੇ ਵੀ ਆ ਦੇਖੇ ਵੀ ਆ ਲਾਈਵ ਵੀ ਕੀਤੇ ਹੋਣਗੇ ਪਰ ਮਿਸ਼ੀਗਨ ਦੇ ਖੇਡ ਮੇਲੇ ਜਦੋਂ ਗੱਲ ਆਉਂਦੀ ਹੈ ਸੱਭਿਆਚਾਰਕ ਮੇਲੇ ਦੀ ਖੇਡ ਮੇਲੇ ਦੀ ਤਾਂ ਇਹ ਇੱਕ ਵੱਖਰੀ ਤਰ੍ਹਾਂ ਦਾ ਹੁੰਦਾ ਜਾਣੀ ਕਿ ਕਹਿ ਲਓ ਪਰਿਵਾਰਕ ਜਿਹਾ ਮਾਹੌਲ ਲੱਗਦਾ ਉੱਥੇ ਸਾਨੂੰ ਇਹੋ ਲੱਗਦਾ ਕਿ ਅਸੀਂ ਆਪਣੇ ਪਰਿਵਾਰ ਦੇ ਵਿੱਚ ਹੀ ਬੈਠੇ ਅਸੀਂ ਕੰਮ ਕਰਨ ਨਹੀਂ ਆਏ ਇਹ ਵੀ ਕਾਰਨ ਹੈ ਕਿ ਅਸੀਂ ਮਿਸ ਕਰ ਰਹੇ ਹਾਂ ਔਰ ਮੈਂ ਮਿਸ ਕਰ ਰਿਹਾ ਇਸ ਗੱਲ ਨੂੰ ਅਤੇ ਅਸੀਂ ਸੇਖੋ ਸਾਹਿਬ ਗੱਲ ਕਰੀਏ ਜੇ ਤੇ ਮੀਂਹ ਪੈ ਗਿਆ ਕਹਿੰਦੇ ਕੱਲ੍ਹ ਅੱਜ ਹੁਣ ਠੀਕ ਹੈ ਬੱਦਲ ਬਾਈ ਹੁਣ ਤਾਂ ਨਹੀਂ ਹੈਗੀ ਹੁਣ ਬਿਲਕੁਲ ਵਧੀਆ ਜੀ ਅੱਜ ਤੇ ਬਹੁਤ ਵਧੀਆ 12 ਵਜੇ ਤੱਕ ਮੀਂਹ ਪਿਆ ਸੀ ਹੁਣ ਤੇ ਬਾਅਦ ਚ ਬਹੁਤ ਗਰਮੀ ਹੋ ਗਈ ਪਾਣੀ ਪੂਣੀ ਜਿਹੜਾ ਥੋੜ੍ਹਾ ਬਹੁਤ ਸੁੱਕ ਸਕ ਗਿਆ ਵਾ ਤੇ ਕੱਲ੍ਹ ਤੱਕ ਤੇ ਬਹੁਤ ਜਿਹੜਾ ਇੱਥੇ ਵੈਦਰ ਵਧੀਆ ਵਾ ਤੇ ਸਾਨੂੰ ਉਮੀਦ ਹੈ ਕਿ ਬਹੁਤ ਹੀ ਵਧੀਆ ਰਹੇਗਾ ਹਾਂਜੀ ਚਲੋ ਜੀ ਇਹ ਵੀ ਚੰਗਾ ਸ਼ਗਨ ਹੋ ਗਿਆ ਨਾ ਜਿਹੜੀ ਬਾਹਲੀ ਗਰਮੀ ਪੈਂਦੀ ਸੀਗੀ ਅਤੇ ਉਹਦਾ ਥੋੜ੍ਹਾ ਬਹੁਤ ਮੀਂਹ ਨਾਲ ਕੁਛ ਤਾਂ ਠੱਲ ਪਏਗੀ ਅਤੇ ਕੀ ਤਿਆਰੀਆਂ ਜੀ ਰਾਜ ਭਾਅ ਜੀ ਕੱਲ੍ਹ ਦੀਆਂ ਕਿਵੇਂ ਕਿਵੇਂ ਕੀ ਸ਼ਡਿਊਲ ਹੈਗਾ ਪਹਿਲਾਂ ਅਸੀਂ ਗੱਲ ਇੱਥੇ ਸ਼ੁਰੂ ਕਰਦੇ ਹਾਂ ਹਾਂਜੀ ਜੱਗੀ ਭਾਅ ਜੀ ਆਪਣਾ ਪਹਿਲਾਂ ਤਾਂ ਸਵੇਰੇ ਕਬੱਡੀ ਸਟਾਰਟ ਹੋ ਗਈ ਬੱਚਿਆਂ ਦੀਆਂ ਖੇਡਾਂ ਹੋਣਗੀਆਂ ਲੇਡੀਜ਼ ਦੀਆਂ ਆਪਣਾ ਗੇਮਾਂ ਜੋ ਵੀ ਕਰਦੇ ਹੁੰਦੇ ਆ ਦੌੜਾਂ ਬਾਬਿਆਂ ਦੀਆਂ ਅਤੇ ਉਸ ਤੋਂ ਬਾਅਦ ਕਬੱਡੀ ਚੱਲੇਗੀ ਫਿਰ ਲਾਈਵ ਸਿੰਗਰ ਚੱਲਣਗੇ ਅਤੇ ਬਾਕੀ ਮੈਂ ਭਾਅ ਦੱਸਣਾ ਚਾਹੁੰਦਾ ਹਾਂ ਕਿ ਮੇਲਾ 14 ਸਾਲ ਤੋਂ ਚੱਲਦਾ ਆ ਰਿਹਾ ਵਾ ਕੰਟਰੋਵਰਸੀ ਵਗੈਰਾ ਤਾਂ ਚੱਲਦੀਆਂ ਹਰ ਇੱਕ ਮੇਲੇ ਵਿੱਚ ਕੰਟਰੋਵਰਸੀਆਂ ਹੁੰਦੀਆਂ ਕੋਈ ਬਾਹਰੋਂ ਲੋਕ ਜਿਹੜੇ ਸ਼ਰਾਰਤੀ ਲੋਕ ਹੁੰਦੇ ਨੇ ਉਹ ਇਹੋ ਜਿਹੀਆਂ ਫੋਮਾਂ ਹਟਾਉਂਦੇ ਰਹਿੰਦੇ ਨੇ ਪਰ ਮੇਲਾ ਤਾਂ ਹਰ ਸਾਲ ਤੁਹਾਨੂੰ ਪਤਾ ਹੀ ਆ ਜੇ ਅਸੀਂ ਕੋਈ ਗਲਤ ਸਟੈਪ ਨਹੀਂ ਕਰਾਂਗੇ ਜੇ ਕੋਈ ਗਲਤ ਇਨਫੋਰਮੇਸ਼ਨ ਹੋ ਗਈ ਤਾਂ ਉਸ ਵੇਲੇ ਵੀ ਅਪਡੇਟ ਕਰਾਂਗੇ ਫੇਸਬੁੱਕ 'ਤੇ ਤੁਹਾਨੂੰ ਕਾਲ ਕਰਾਂਗੇ ਕਿ ਆਹ ਚੀਜ਼ ਹੋ ਰਹੀ ਆ ਬਾਕੀ ਜਿਹੜੇ ਫੋਮ ਡਾਉਣ ਵਾਲੇ ਲੋਕ ਹੁੰਦੇ ਨੇ ਕੋਈ ਗੱਲ ਨਹੀਂ ਨਿੱਕੀਆਂ ਮੋਟੀਆਂ ਤਾਂ ਚੱਲ ਗੱਲਾਂ ਚੱਲਦੀਆਂ ਰਹਿੰਦੀਆਂ ਪਰ ਅਸੀਂ ਇਹੋ ਜਿਹਾ ਕੰਮ ਨਹੀਂ ਕਦੀ ਵੀ ਜ਼ਿੰਦਗੀ ਕਰਾਂਗੇ ਕਿ
ਜੇ ਚੀਜ਼ ਨਹੀਂ ਕਰਾ ਰਹੇ ਤਾਂ ਅਸੀਂ ਕਹਾਂਗੇ ਕਿ ਅਸੀਂ ਨਹੀਂ ਕਰਾ ਰਹੇ, ਜੇ ਕਰਾ ਰਹੇ ਤਾਂ ਕਰਾ ਰਹੇ, ਕੋਈ ਮੈਸੇਜ ਪਾਉਣ ਦਾ ਫੇਸਬੁੱਕ ਦੇ ਕੋਈ ਇਹ ਕਹਿ ਰਿਹਾ ਟੀਮਾਂ ਨਹੀਂ ਬਣੇ, ਟੀਮਾਂ ਤਿਆਰ ਨੇ ਭਾਅ ਜੀ, ਕੱਲ੍ਹ ਤੁਸੀਂ ਵੀ ਉੱਥੇ ਲਾਈਵ ਕਰਨਾ ਵਾ, ਜੇ ਕੋਈ ਗਲਤ ਹੋਵੇ ਸਾਨੂੰ ਤੁਸੀਂ ਦੱਸਿਓ ਕਿ ਹਾਂ ਤੁਸੀਂ ਗਲਤ ਕੀਤਾ ਵੀ ਗਲਤ ਮੈਸੇਜ ਪਜਾਇਆ ਵਾ ਪਬਲਿਕ ਦੇ ਵਿੱਚ। ਬਾਕੀ ਅਸੀਂ ਥੈਂਕਸ ਕਰਨਾ ਚਾਹੁੰਦੇ ਆਪਣੇ ਸਪੋਂਸਰਾਂ ਦਾ, ਸਾਡੀ ਕਮਿਊਨਿਟੀ ਦਾ, ਅਤੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਨਾਲ ਖੜੇ ਨੇ ਸਪੋਂਸਰ ਵੀ ਅਤੇ ਕਮਿਊਨਿਟੀ, ਅਤੇ ਲੋਕ ਕੱਲ੍ਹ ਤੁਸੀਂ ਆਪ ਹੀ ਦੇਖ ਲੈਣਾ ਕਿੰਨਾ ਕੁ ਉੱਥੇ ਕੱਟ ਹੁੰਦਾ ਵਾ, ਅਤੇ ਇਹੋ ਹੀ ਮੈਂ ਕਹਿਣਾ ਚਾਹੂੰਗਾ। ਵਾਹ ਜੀ ਵਾਹ, ਅਤੇ ਟੀਮਾਂ ਟੂਮਾਂ ਸਾਰੀਆਂ ਤਿਆਰ ਆ ਜੀ ਫਿਰ, ਹੈਂ ਜੀ? ਹਾਂਜੀ, ਟੀਮਾਂ ਫੁੱਲ ਕਲੀਅਰ, ਅੱਜ ਹੋਟਲ 'ਚ ਅਸੀਂ ਬੈਠੇ ਹਾਂ, ਡਿਨਰ ਕਰ ਰਹੇ ਨੇ, ਲੰਚ ਕਰ ਰਹੇ, ਬਕਾਇਦਾ ਟੈਸਟ ਕਰਾ ਰਹੇ, ਅਸੀਂ ਸਾਰੇ ਟੈਸਟ ਕਰਾ ਕੇ ਸਾਰੇ ਹੀ ਪਲੇਅਰ ਖਿਡਾਵਾਂਗੇ। ਅੱਛਾ, ਇਹਦੇ ਬਾਰੇ ਸੁਖਦੇਵ ਜੀ ਕਰੋ ਜਰਾ ਜਾਣਕਾਰੀ ਦਿਓ, ਐਤਕੀ ਫਿਰ ਪਰਮਿਸ਼ਨਾਂ ਵਗੈਰਾ ਦੀ ਕੋਈ ਪ੍ਰੋਬਲਮ ਤਾਂ ਨਹੀਂ ਆਈ ਜਾਂ ਗਾਈਡਲਾਈਨ ਤਾਂ ਨਹੀਂ ਹੈਗੀ ਵੀ ਇਸ ਮੇਲੇ ਦੇ ਵਿੱਚ ਵਾਲੇ ਬੰਦੇ ਲੁੰਡੇ ਆ ਜਾਂ ਫਿਰ ਕੋਈ ਕਿੰਨਾ ਇਕੱਠ ਕਰ ਸਕਦੇ ਹੈਗੇ ਵੱਧ ਤੋਂ ਵੱਧ, ਕੋਈ ਹੈਗੀ ਗਾਈਡਲਾਈਨ? ਜੱਗੀ ਸਾਹਿਬ, ਇਹ ਕੋਈ ਗਾਈਡਲਾਈਨ ਨਹੀਂ ਕਿ ਬੰਦੇ ਭਾਵੇਂ ਜਿੰਨੇ ਮਰਜ਼ੀ ਆਏ, ਲੱਗਦਾ ਕਿ 4,000 5,000 ਦਾ ਤਾਂ ਘੱਟ ਹੋ ਗਈ। ਹਾਂ, ਬਾਕੀ ਉਹਨਾਂ ਨੇ ਇੱਦਾਂ ਕੀਤਾ, ਸਿਟੀ ਨੇ ਕਿ ਥੋੜ੍ਹੇ ਸਟ੍ਰਿਕਟ ਹੋ ਗਿਆ, ਮਤਲਬ ਸੋਸ਼ਲ ਡਿਸਟੈਂਸ ਵੀ ਹੋ ਗਈਆਂ ਵਾ, ਬਾਕੀ ਸਾਨੂੰ ਜਿਹੜਾ ਟਾਈਮ ਘਟਾ ਤਾ ਉਹਨੇ 8-5 ਤੱਕ ਰਹੇ ਮਾਂ, ਅਤੇ ਇਸ ਲਈ ਅਸੀਂ ਕਹਿਣਾ ਚਾਹੁੰਦੇ ਸਾਡੇ ਜਿਹੜੇ ਵੀ ਆਪਣੀ ਇੱਥੋਂ ਦੇ ਕਮਿਟੀ ਮੀਟਿੰਗ ਨੇ ਜਲਦੀ ਤੋਂ ਜਲਦੀ 8 ਵਜੇ ਭਿੜਨ, ਤਾਂ ਕਿ 5 ਵਜੇ ਤੱਕ ਅਸੀਂ ਆਪਣੀ ਸਮਾਪਤੀ ਕਰ ਸਕੀਏ। ਆਪਣਾ ਮਤਲਬ ਕਿ ਫਿਰ ਸਿੰਗਰ ਵੀ ਲੱਗਣਾ ਵਾ, ਮੈਂ ਵੀ ਬੜੇ ਬਣੇ ਆ ਕਿ ਕਾਫੀ ਵੱਡੀ ਡਿਮਾਂਡ ਆ ਰਹੀਆਂ ਨੇ, ਤੇ ਉਸ ਮਤਲਬ ਉਹਦੇ ਕਰਕੇ ਆਪਾਂ ਨੂੰ 5 ਵਜੇ ਤੱਕ ਫਿਨਿਸ਼ ਕਰਨਾ ਪੈਣਾ, ਇਹੀ ਇਹੀ ਇਫੈਕਟ, ਬਾਕੀ ਤਾਂ ਠੀਕ ਹੀ ਆ। ਹਾਂ ਨਹੀਂ, ਇਹ ਵੀ ਚਲੋ ਠੀਕ ਹੈ ਜੀ, ਸਾਡੇ ਦਰਸ਼ਕਾਂ ਨੂੰ ਜਾਣਕਾਰੀ ਮਿਲ ਜਾਏਗੀ ਤੇ ਟਾਈਮ ਸਿਰ ਆ ਜਾਣਗੇ, ਤੇ ਟਾਈਮ ਸਿਰ ਹੀ ਖੇਡਾਂ ਸ਼ੁਰੂ ਹੋਣਗੀਆਂ, ਤੇ ਟਾਈਮ ਸਿਰ ਹੀ ਸੱਭਿਆਚਾਰਕ ਮੇਲਾ ਸ਼ੁਰੂ ਹੋ ਜਾਏਗਾ, ਤੇ ਸਾਰਾ ਕੁਝ ਵਧੀਆ ਟਾਈਮ ਸਿਰ ਹੋ ਜਾਏਗਾ। ਬਾਕੀ ਸਾਹਿਬ, ਇੱਕ ਗੱਲ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਜਿਹੜਾ ਆਪਣਾ ਜ਼ਿਲ੍ਹਾ ਨਾ ਇਸ ਸਾਲ ਇਹ ਪੰਜਾਬ ਦੇ ਕਿਸਾਨੀ ਸਲਾਹ ਉਹਨੂੰ ਸਮਤਿਆ, ਅਸੀਂ ਜਿੰਨੇ ਵੀ ਉੱਥੇ ਫਲੈਗ ਵਗੈਰਾ ਲਾਇਆ ਜੋ ਫਲੈਗ ਲਾਇਆ ਪੂਰੇ ਉਹਨਾਂ ਵਾਸਤੇ ਲਾਇਆ ਸੀ, ਮਤਲਬ ਵੀ ਕਿਸਾਨੀ ਵਾਸਤੇ। ਹਾਂ, ਮੈਂ ਕੋਲ ਮੈਂ ਇਸ ਗੱਲ ਦੀ ਵੀ ਵਧਾਈ ਤੁਹਾਨੂੰ ਦਿੰਦਾ, ਇਹ ਗੱਲ ਕਿ ਅਗਲਾ ਕਰਨਾ ਸੀ, ਇਹ ਵੀ ਤੁਹਾਡੇ ਦੇਖ ਰਿਹਾ ਸੀ ਫੇਸਬੁੱਕ, ਤੁਸੀਂ ਅਪਡੇਟ ਕੀਤਾ, ਲਾਈਵ ਕੀਤਾ ਸਾਰਾ ਉੱਥੇ, ਔਰ ਗਰਾਊਂਡ ਦੇ ਵਿੱਚ ਬਕਾਇਦਾ ਕਿਸਾਨਾਂ ਦੇ ਹੱਕ ਦੇ ਝੰਡੇ ਲੱਗੇ ਹੋਏ ਨੇ, ਬਨਰ ਲੱਗੇ ਹੋਏ ਨੇ, ਇਹ ਚੰਗੀ ਗੱਲ ਹੈ। ਅਤੇ ਅਗਰ ਅਸੀਂ ਇਹੋ ਜਿਹੇ ਖੇਡ ਮੇਲੇ ਵਿੱਚ, ਕਾਫੀ ਸਾਰੇ ਖੇਡ ਮੇਲੇ 'ਚ ਇਹ ਚੀਜ਼ਾਂ ਹੋਈਆਂ ਨੇ, ਤਾਂ ਲੱਗਦਾ ਤੁਹਾਨੂੰ ਰਾਜ ਭਾਅ ਜੀ ਵੀ ਇਹ ਅਸਰ ਸਰਕਾਰਾਂ ਤੱਕ ਜਾਣਾ ਚਾਹੀਦਾ? ਹਾਂਜੀ ਭਾਅ ਜੀ, ਤੁਹਾਨੂੰ ਪਤਾ ਸਾਡੀ ਆਪਣੀ ਕਮਿਊਨਿਟੀ, ਕੋਈ ਪੰਜਾਬ ਵੱਲੋਂ, ਇੰਡੀਆ ਵੱਲੋਂ, ਅਮੈਰੀਕਾ, ਕੋਈ ਵੀ ਕੰਟਰੀ ਇਹੋ ਜਿਹੀ ਨਹੀਂ ਜੀ ਕਿ ਕਿਸਾਨਾਂ ਦੇ ਨਾਲ ਨਹੀਂ ਖੜੀ। ਤੁਹਾਨੂੰ ਇਹ ਫੰਡ ਜੀ ਕਰਾਂਗੇ ਉੱਥੇ ਕਿਸਾਨਾਂ ਵਾਸਤੇ ਜਿੰਨੀ ਵੀ ਸਹੀ, ਕਿ ਸਾਡੀ PSC ਦੀ ਟੀਮ ਵੱਲੋਂ ਜਿੰਨੇ ਪੈਸੇ ਭਰਨਗੇ ਭਰੇ। ਬਾਕੀ ਜੇ ਕੋਈ ਆਪਣਾ ਲੋਕ ਕਹਿੰਦੇ ਨੇ ਕਿ ਦਿਸ ਐਂਡ ਦੈਟ ਕੀ ਹੋ ਰਿਹਾ, ਮੇਰਾ ਫੋਨ ਨੰਬਰ ਹੈਗਾ 7346441010, ਉਹਦੇ 'ਤੇ ਕਾਲ ਕਰ ਰਹੇ ਆ, ਕੋਈ ਇਨਫੋਰਮੇਸ਼ਨ ਚਾਹੀਦੀ ਆ, ਫੋਨ ਆਨ ਆ ਔਰ ਜੀ, ਕੋਈ ਇਹੋ ਜਿਹੀ ਗੱਲ ਨਹੀਂ ਹੈ, ਮੇਲਾ ਕੈਂਸਲ ਹੈ, ਦਿਸ ਐਂਡ ਦੈਟ ਚੱਕਰ ਨਹੀਂ ਹੈਗਾ। ਅਸੀਂ ਕਿ ਸਾਡਾ ਮੇਲਾ ਨਹੀਂ, ਔਰ ਨਿਊਜ਼ ਵੀ ਮੇਲਾ ਰਿਹਾ ਗਿਆ ਵਾ, ਨਵੀਂ ਮੇਲਾ ਹੁੰਦਾ, ਹਰ ਥਾਂ ਮੇਲੇ ਹੁੰਦੇ ਆ, ਗਲਤ ਫੋਮਾਂ ਤੋਂ ਬਚੋ, ਇਹੋ ਹੀ ਮੈਂ ਕਹਿਣਾ ਚਾਹੁੰਦਾ। ਇਹ ਸੁਖਦੇਵ ਭਾਅ ਜੀ, ਵੈਸੇ ਪਹਿਲੀ ਵਾਰ ਇਹ ਗੱਲ ਸੁਣਨ ਦੇ ਵਿੱਚ ਆਈ ਹੈ, ਇਹੋ ਜਿਹਾ ਮਾਹੌਲ ਸੀ ਗੰਦੀ, ਅਗਰ ਅਸੀਂ ਗੱਲ ਕਰੀਏ ਬਾਕੀ ਸ਼ਹਿਰਾਂ ਦੀ, ਆਪਾਂ ਗੱਲ ਕਰਦੇ ਨਹੀਂ ਬਾਕੀ ਸ਼ਹਿਰਾਂ 'ਚ ਕੀ ਹੁੰਦਾ ਕੀ ਨਹੀਂ ਹੁੰਦਾ, ਦੱਤਾਂ ਕਿਤੇ ਨਾਲੇ ਇਹ ਮਿਸ਼ੀਗਨ 'ਚ ਪਹਿਲੀ ਵਾਰ ਇਹ ਚੀਜ਼ ਦੇਖਣ ਨੂੰ ਮਿਲੀ, ਇਹਦਾ ਕਾਰਨ ਤਰ੍ਹਾਂ ਦਾ ਮਾਹੌਲ ਥੋੜ੍ਹਾ ਜਿਹਾ ਦੱਸ ਨਹੀਂ ਸਕਦੇ ਜੀ, ਇਹਦਾ ਬੰਦੇ ਨੇ ਜਿਹੜੇ ਵਾਸਤੇ ਉਹਨਾਂ ਡਿਪੈਂਡ ਕਰਦਾ, ਅਸੀਂ ਤੇ ਕੁਝ ਨਹੀਂ ਕਹਿ ਸਕਦੇ। ਹਾਂਜੀ ਜੀ, ਭਾਅ ਜੀ ਮੈਂ ਤਾਂ ਆਨਸਰ ਦੇਣਾ ਚਾਹੁੰਦਾ ਹਾਂ, ਜੇ ਕੋਈ ਬੰਦਾ ਆਪਣਾ ਨੌਕਰੀ ਭਾਲਦਾ ਵਾ, ਬੰਦੇ ਕੋਈ 4-5 ਹੁੰਦੇ ਤਾਂ ਜਿੱਥੇ ਗੋੜਾ ਤੇ ਮੱਖੀ ਜ਼ਰੂਰ ਆਉਂਦੀਆਂ ਹੁੰਦੀਆਂ, ਠੀਕ ਹੈ, ਜਿੱਥੇ ਵੀ ਹੋਵੇ, ਤੇ ਮੈਂ ਇਹੋ ਗੱਲ, ਸੋਰੀ ਟੂ ਸੇ ਦਿਸ ਵਰਡ, ਪਰ ਕੋਈ ਗੱਲ ਨਹੀਂ, ਪਰਮਾਤਮਾ ਕਰਨ ਵਾਲਾ ਸਾਰਾ ਕੁਝ ਰਾਈ, ਬੰਦਾ ਕੁਝ ਨਹੀਂ ਕਰ ਸਕਦਾ ਜੀ। ਅਤੇ ਇੱਕ ਜਿਹੜੀ ਮੈਂ ਤੁਹਾਡਾ ਜ਼ਿਕਰ ਸਿਰਫ ਇੱਥੇ ਹੀ ਨਹੀਂ, ਤੁਹਾਡੇ ਪ੍ਰੋਗਰਾਮ ਦੇ ਨਹੀਂ ਕਰਦਾ, ਮੈਂ ਲਾਈਵ ਪ੍ਰੋਗਰਾਮ ਦੇ ਵਿੱਚ ਵੀ ਬਹੁਤ ਜ਼ਿਕਰ ਕੀਤਾ, ਔਰ ਮੈਂ ਜਿੱਥੇ ਕਿਤੇ ਬਾਹਰ ਜਾਵਾਂ ਉੱਥੇ ਹੀ ਜ਼ਿਕਰ ਕਰਦਾ ਹੁੰਦਾ, ਅਤੇ ਅਜੇ ਵੀ ਤੁਹਾਡੇ ਜਿਹੜੇ PSCA ਦੇ PCSA ਦੇ ਮੈਂਬਰ ਹੀ ਨਹੀਂ ਜਾਂ ਹੁਣ ਪ੍ਰਧਾਨ ਦਾ ਬਣ ਗਏ, ਇਹ ਇੱਕ ਵਟਨੇਹਾ ਸੀ ਦੁਨੀਆ ਦੇ ਵਿੱਚ ਵੀ ਅਸੀਂ ਘੱਟੋ ਘੱਟ ਇਹ ਤੋਂ ਪ੍ਰਧਾਨ ਤੋਂ ਬਚੀਏ, ਪ੍ਰਧਾਨਗੀ ਦੇ ਸਾਰੇ ਹੁੰਦੇ ਆ, ਪਰ ਦੇਖ ਹੀ ਰਹੇ ਹੁਣ ਪੰਜਾਬ ਦੇ ਵਿੱਚ ਕਾਂਗਰਸ ਦਾ ਹਾਲ, ਅਤੇ ਇਹ ਹੁਣ ਵੀ ਸੇਮ ਹੀ ਹੈ ਤੁਹਾਡਾ ਪ੍ਰੋਸੀਜਰ ਜਾਂ ਕੋਈ ਚੇਂਜ ਆ? ਹਾਂਜੀ ਭਾਅ ਜੀ, 14 ਸਾਲ ਹੋ ਗਿਆ ਸੇਮ ਪ੍ਰਧਾਨ, ਕੋਈ ਸਾਡੀ ਕਮੇਟੀ ਕਮੇਟੀ 14 ਸਾਲ ਤੋਂ ਚੱਲਦੀ ਹੈ, ਕੋਈ ਪ੍ਰਧਾਨ ਨਹੀਂ, ਕੋਈ ਮੈਂਬਰ ਨਹੀਂ, ਸਾਰੇ ਕੁੱਲ ਸਾਰੇ ਰਲ ਮਿਲ ਕੇ ਸਾਰਾ ਹੀ ਟੂਰਨਾਮੈਂਟ ਕਰਾਉਂਦੇ ਆ, ਸਾਰੇ ਹੀ ਇਹਨੂੰ ਵੱਧ ਤੋਂ ਵੱਧ ਜ਼ੋਰ ਲਾਉਂਦੇ, ਇਹ ਵਿੱਚ ਇਹ ਹੈਗਾ ਮੈਂ ਕੀਤਾ, ਸਾਰੇ ਰਾਜਕੀਆਂ ਦਾ ਕੰਮ ਜ਼ਿਆਦਾ ਕਰਦਾ ਹੋਵੇ ਤਕੜਾ, ਪਰ ਰਾਤ ਸਾਰਿਆਂ ਦਾ ਇੱਕ ਦਿਨ ਹੈਗਾ, ਜੇ ਇੱਕ ਬੰਦਾ ਕੰਮ ਕਰਦਾ ਉਹਨੂੰ ਦੂਜੇ ਖੂਬ ਤਕੜਾ ਹੋ ਜਾ ਤੇਰੇ ਨਾਲ ਆ, ਇਹ ਨਹੀਂ ਕਿ ਮੈਂ ਕਰਨਾ ਅੱਗੇ ਹੋ ਗਏ। ਜੱਗੀ ਸਾਹਿਬ, ਜੇ ਇੱਕ ਗੱਲ ਕਹਿਣਾ ਚਾਹੂਗਾ, ਅਸੀਂ ਕਮੇਟੀ ਨਹੀਂ ਗਏ, ਵੀ ਆਰ ਵੈਰੀ ਕਲੋਜ਼ਲੀ ਨਿਟਡ ਫੈਮਿਲੀ, ਅਸੀਂ ਤਾਂ ਫੈਮਿਲੀ ਆ, ਜ਼ਿਆਦਾਤਰ ਰਿਸ਼ਤੇਦਾਰ ਵੀ ਆ ਜਾਂਦੇ, ਵੈਸੇ ਫਰੈਂਡਸ ਨੇ ਬੜੇ, ਪਿਛਲੇ 30-30 ਸਾਲ ਜਾਂ 35-35 ਸਾਲ ਜਦੋਂ ਜਾਣਦੇ ਇਕੱਠੇ ਆ, ਤੇ ਸਾਡੀ ਤੇ ਮੋਰ ਲਾਈਕ ਫੈਮਿਲੀ, ਮੋਰ ਲਾਈਕ ਫਰੈਂਡਸ, ਮਤਲਬ ਕਮੇਟੀ ਦਾ ਆਪਾਂ ਵਰਡ ਨੇ ਸਭ ਯੂਜ਼ ਕਰਨਾ ਚਾਹੀਦਾ, ਤੇ ਬਾਕੀ ਵੀ ਗੱਲ ਹੈ ਸਾਡਾ ਮੇਲਾ ਵੀ ਨਾ ਜ਼ਿਆਦਾਤਰ ਚਾਹੁੰਦੇ ਆ ਲੇਡੀ ਬੱਚੇ ਜਾਂ ਸਾਡੀ ਕਮਿਊਨਿਟੀ ਅੱਗੇ ਆਵੇ, ਤੇ ਮਤਲਬ ਕਿ ਕਰਕੇ ਸਾਡਾ ਕੋਈ ਪ੍ਰਧਾਨ ਕੁਝ ਹੈ ਨਹੀਂ ਗਾ, ਅਸੀਂ ਸਾਰੇ ਇਕੁਅਲ ਆ, ਮਤਲਬ ਇਕੁਅਲ ਕਿ ਮਤਲਬ
खास तौर पर गुरु घर भी कहना हूँ दिना मिसाल भी खेड मेलिया की या सभ्याचार मेलिया दिया इदा सामा बन सकती है सेवा भी सारे बन सकते हैं तो गुरु घर भी अगर यहोजा माहौल शुरू हो जाए जी थोड़ा तो मेरे गुरु घर खत्म हो जाएगी। चलो आप उधरले पास नहीं जाते आप खेड मेले वाले पास सभ्याचारक मेले वाले पास ही आने तो बच्चों का तो लेडीज़ का मैं पिछली बार जो लिखी हर वेरी तो खास तुम ध्यान रखते हो तो ऐती बच्चे स्कूल खुल गए नहीं खुले जे नहीं जी अजे स्कूल सितंबर च खुल गया फस्ट वीक तो महाराज जी मैं अपना एक वीक पहलों ही मेला आया तो सारा वधी जा दूजा मैं एक चीज़ कहना चाहूँगा कि सरदार चैन सिंह जो साढ़े पिछले साल अपना मन पे हो गए उन्होंने साड़ी कम्यूनिटी वास्ते बहुत कुछ किया अगे उन्होंने फैमिली का भी सानू साथ है बच्चे उन्होंने साढ़े को पिता उन्होंने पोतरा पार्टी हो आए कहते हैं सपोर्ट पूरी आदा ही रहेगी बाकी भी स्पॉन्सर का नेम ही धन्यवाद आ स्पॉन्सर साथ बहुत सारे कम्यूनिटी साथ है बार ही करके इदा ही मेला चल रहा है परिवार मेला जी ये साडा मेला नहीं बड़े सादे इंसान सीगे जी ते बहुत समाज सेवा बहुत करते बहुत वधिया बंदे सीगे सो दुख की गल है जी चलो कि जो परमात्मा मंजूर है वो ही होना ते अपना असीं की कहना चाहुंदे दुनिया भर एक तुहाडे और अपने प्रोग्राम देख रहे हैं जिन्होंने कल नूं प्रोग्राम तों पहुंचणे उत्थे मेले रुकना वो बहुत सारे लोग हूँ मिशीगन के आले दुआले ईवन मैं अच्छी गए कनेडा तो शायद लोग आए देख कनेडा तो भी देख रहे होंगे जिन्होंने कल पहुँचना उत्तर एक तो जिन्हें इतने पहुँचना उन्होंने तुम की कराने तो दूजा जोड़े लोग घर बैठे ने पूरी दुनिया के प्रोग्राम इस समय देख रहे हैं तो उन्होंने की स्नेहा देना चाहते उन्होंने जी यही है कि अपना पहली गल तो मिशीगन वाले वो कहेंगे जिन्हें अलग अलग रेंगे ने 100-200-300 मील तीन सारे ही उत्थे आ के मिले इंजॉय मिशीगन दा मेला सारे ही आके न्यू ईयर बंदे काफी आ रहे मैसेज साडा की वर्ल्ड बैठी दुनिया नूं पीस ऑफ लाइफ चाहिए सारे किन्ने करोना की मार उभर हो अपने बच्चे सीख सकन अपना वैसे भी वधिया पंजाबी कल्चर बचा रहे बहुत जरूरी है कि आप खेड ले जां कल्चरल इवेंट करवांदे रहिए बहुत बहुत धन्यवाद जी बहुत बहुत शुभकामनावां एक बार फिर मेरे वालों सारी टीम उत्थे सारी पहुंची हुई दीपक धमान साहब तो बाकी सारी टीम अशमता भी है ओके सुखदीप संघ है सारी सारी टीम जानी कि उत्थे पहुंची हुई है और सारी टीम भी मैं बहुत बेस्ट विशेज कहना जी क्योंकि छोटा काम नहीं हुंदा एडा वड्डा मेला जदों लाइव करना होवे तो बहुत चीज़ ध्यान रखना पैंदा सो सारी टीम नूं ऑल द बेस्ट तो भाजी तुहानू भी बहुत बहुत शुभकामनावां मेहरबानी जी बहुत सत श्री अकाल थैंक यू भाजी तुहानू टीम नूं सारी नूं ते बहुत धन्यवाद जी जी बिल्कुल जी बिल्कुल फिर मिलेंगे और साडे दर्शक जिहड़े आ देख रहे सीगे जी मिशीगन तों साडे पंजाब स्पोर्ट्स एंड कल्चरल एसोसीएशन दे जिहड़े मैंबर सीगे वह गल कर रहे थे कल के प्रोग्राम बारे जो कल यानी कि 28 अगस्त में लाइव खेड तो सभ्याचारक मेला हो रहा जिसे बहुत सारे कलाकार भी पहुँच रहे हैं तो गैरी संधु गुरलेज अख्तर वगैरह उत्थे सभ्याचारक प्रोग्राम करेंगे तो उन्होंने जानकारी दे रहे थे किसी ने वैसे कित पोस्ट वगैरह पाती थी मीह करके शायद मेला कैंसल हो गया बिल्कुल कैंसल नहीं होया जी जो उत्थे पहुँच सकते उत्थे जरूर पहुँचो जे उत्थे नहीं पहुँच सकते तो घर बैठ के ईस्टर्न टाइम जो है 12 बजे तो यह प्रोग्राम रात में खत्म होने वेले तक लाइव जस पंजाबी ते दिखाया जाऊगा जी सो जिहड़े घरां च बैठ के देखणगे उन्हां दा भी बहुत धन्यवाद जिहड़े उत्थे पहुँच सकते हैं उन्हां दा भी बहुत धन्यवाद एक ब्रेक लैंदे जी ब्रेक तो बाद फिर आपां तुहाडियां कालां सिलसिला शुरू करांगे कोई ना कोई विशा रख के जिवें आपां हमेशा रखीदा अज शुक्रवार है शुक्रवार नूं पिंडां दीआं गल्लां करी दीआं अज भी आपां पिंडां दीआं गल्लां करांगे खुल के पर फिलहाल ब्रेक लैंदे देखदे रहो जस पंजाबी अज दा विशा आपां की रखीए अज दा विशा फिर आपां इही रख लैंदे आ काफ़ी देर हो गई आपां खेडां नूं याद नहीं किया गल करिए हुण कबड्डी की आप गल कर रहे कबड्डियां शुरू हुई ने बड़े वड्डे पद्धर दे ते पहले समयां दे विच भी कबड्डी के टूरनामेंट होंदे सी असीं देखे आ निक्के निक्के जदों होंदे सीगे हुण तां जिहड़े आह टूरनामेंट ने ये ओपन की टीम हैगी आ ओपन की टीम है कितों भी प्लेयर लै सकदे आ संस्थावां हैगियां ने क्लबां बणियां ने हर क्लब दे आपो अपने प्लेयर ने उहनां नाल कॉन्ट्रैक्ट करदे ने उहनां नूं पैसे दिंदे आ ते उहनां नूं आपदे नाल जोड़ लैंदे आ ब मुख की गल तो यह भी कबड्डी वाले भी हम 4 पैसे बनने शुरू हो गए वधिया तो पहला चलो हुंदा सी घ्यो दे पीपे मिल गए मोटरसाइकिल मिल गए ट्रैक्टर मिल गए
अच्छा नाल दी नाल मैं जो जिक्र जरूर करना चाहवांगा तुहाडे नाल अज तुहाडियां गल्लां बातां दे विच कि छिंज लगदी हुंदी छिंजां पिंडां दीआं छिंजां जिहड़ियां हुंदियां सी उहदे बारे असीं अज गल करांगे छिंजां दे विच किस तरह दा माहौल हुंदा सी ते छिंज दे विच छिंज दा वी पूरा चाह हुंदा सी लोकां नूं जिवें खेड मेले पहलां देखिआ जांदा टूरनामेंट अलग हुंदा सी ते छिंज जिहड़ी आ उह अलग हुंदी सी छिंजां बहुत सारे पिंडां दीआं मशहूर हैगीआं सी ਕਿਹੜੇ ਕਿਹੜੇ ਛਿੰਜਾਂ ਮਸ਼ਹੂਰ ਆ ਉਹ ਅਸੀਂ ਅੱਜ ਗੱਲ ਕਰਾਂਗੇ ਕੱਲ੍ਹ ਆਪਾਂ ਸ਼ੁਰੂ ਕਰ ਦੇਣੀ ਹੈ ਨਾਲ ਦੀ ਨਾਲ ਲੈਣੀਆਂ ਅਤੇ ਨਾਲ ਦੀ ਨਾਲ ਜਿਹੜੇ ਪਹਿਲੇ ਕਬੱਡੀ ਵਾਲੇ ਟੂਰਨਾਮੈਂਟ ਮੇਰੇ ਜ਼ਿਹਨ ਦੇ ਵਿੱਚ ਆ ਰਹੇ ਨੇ ਦਿਮਾਗ 'ਚ ਆ ਰਹੇ ਨੇ ਉਹ ਮੇਰੇ ਖਿਆਲ 33 ਕਿਲੋ ਹੁੰਦੀ ਸੀ ਪਹਿਲੀ ਜਿਹੜੀ ਟੀਮ ਹੁੰਦੀ ਸੀ ਸਭ ਤੋਂ ਪਹਿਲਾਂ 33 ਕਿਲੋ ਟੀਮ ਹੁੰਦੀ ਸੀ ਫਿਰ ਸ਼ਾਇਦ 56 ਕਿਲੋ ਜਾਂ 57 ਕਿਲੋ ਫਿਰ 60 ਕਿਲੋ ਅਤੇ ਫਿਰ ਉਸ ਤੋਂ ਬਾਅਦ ਇੱਕ ਓਪਨ ਦੀ ਟੀਮ ਹੁੰਦੀ ਜਿੱਥੇ ਭਾਰ ਦਾ ਕੋਈ ਲੈਣਾ ਦੇਣਾ ਨਹੀਂ ਸੀਗਾ ਅਤੇ ਉੱਥੇ ਦੇਖਿਆ ਇਹ ਗਿਆ ਸੀ ਕਿਸੇ ਦਾ ਪਾਈਆ ਭਾਰ ਵੱਧ ਗਿਆ ਕਿਸੇ ਦਾ ਅੱਧਾ ਭਾਰ ਅੱਧਾ ਕਿਲੋ ਭਾਰ ਵੱਧ ਗਿਆ ਅਤੇ ਉਹਨੂੰ ਕਰ ਕਰਾ ਕੇ ਉਹਨੂੰ ਕੁਛ ਖਵਾ ਪਵਾ ਪਿਆ ਕੇ ਅਤੇ ਵੋਮਿਟਿੰਗ ਕਰਾਉਂਦੇ ਸੀ ਵੋਮਿਟਿੰਗ ਦੇ ਨਾਲ ਹੀ ਉਹਦਾ ਇੰਨਾ ਭਾਰ ਘੱਟ ਜਾਏਗਾ ਅਤੇ ਇਹ ਸਾਰਾ ਕੁਛ ਇੱਕ ਵੱਖਰੀ ਤਰ੍ਹਾਂ ਦਾ ਨਜ਼ਾਰਾ ਉਦੋਂ ਹੁੰਦਾ ਸੀਗਾ ਅਤੇ ਛਿੰਜਾਂ ਦੀ ਗੱਲ ਕਰੀਏ ਤਾਂ ਛਿੰਜਾਂ ਦੇ ਵਿੱਚ ਵੀ ਪਿੰਡਾਂ ਦੇ ਵਿੱਚ ਉਦੋਂ ਕਬੱਡੀਆਂ ਦੇ ਵਿੱਚ ਨਹੀਂ ਸੀ ਲੇਡੀਜ਼ ਜਾਂਦੀਆਂ ਹੁੰਦੀਆਂ ਛਿੰਜਾਂ ਦੇ ਵਿੱਚ ਵੀ ਲੇਡੀਜ਼ ਨਹੀਂ ਜਾਂਦੀਆਂ ਸੀਗੀਆਂ ਹੁਣ ਤਾਂ ਲੇਡੀਜ਼ ਵੀ ਹਰ ਤਰ੍ਹਾਂ ਦੇ ਮੇਲੇ ਹੋਣ ਛਿੰਜਾਂ ਹੋਣ ਕਬੱਡੀ ਹੋਵੇ ਚਾਹੇ ਘੋਲ ਹੋਣ ਅਤੇ ਹਰ ਖੇਡਾਂ ਦੇ ਵਿੱਚ ਲੇਡੀਜ਼ ਪਹੁੰਚਦੀਆਂ ਨੇ ਦੇਖਣ ਵਾਸਤੇ ਅਤੇ ਹੁਣ ਇੱਕ ਹੋਰ ਜਿਹੜਾ ਸੌਖਾ ਤਰੀਕਾ ਹੈਗਾ ਕਿ ਉਹ ਲਾਈਵ ਟੀ ਵੀ ਦੇ ਉੱਪਰ ਵੀ ਅਸੀਂ ਦੇਖ ਲੈਂਦੇ ਸਾਰਾ ਕੁਛ ਜਦੋਂ ਕੋਈ ਪ੍ਰੋਗਰਾਮ ਚੱਲਦਾ ਹੁੰਦਾ ਸੋ ਛਿੰਜਾਂ ਦੀ ਗੱਲ ਕਰਦੇ ਜੇ ਛਿੰਜਾਂ ਦੀ ਜਾਂ ਪੁਰਾਣੀਆਂ ਖੇਡਾਂ ਦੀ ਗੱਲ ਕਰਦੇ ਹਾਂ ਪੁਰਾਣੇ ਟੂਰਨਾਮੈਂਟਾਂ ਦੇ ਅੱਜ ਦੇ ਟੂਰਨਾਮੈਂਟ ਵਿੱਚ ਕੀ ਫਰਕ ਹੈ ਅੱਜ ਬੜੇ ਵੱਡੇ ਪੱਧਰ 'ਤੇ ਕਬੱਡੀ ਦੇ ਮੈਚ ਹੁੰਦੇ ਨੇ ਪੰਜਾਬ ਦੀ ਗੱਲ ਕਰੀਏ ਉੱਥੇ ਵੀ ਕਰੋੜ ਕਰੋੜ ਦੋ ਦੋ ਕਰੋੜ ਰੁਪਇਆ ਇਨਾਮ ਰੱਖਿਆ ਜਾਂਦਾ ਪਰ ਕਬੱਡੀ ਬਾਹਰੋਂ ਦੇਖਣੀ ਬਹੁਤ ਸੌਖੀ ਆ ਜਿਹੜਾ ਖੇਡਣ ਜਾਂਦਾ ਨਾ ਉਹਨੂੰ ਪਤਾ ਲੱਗਦਾ ਬਾਹਰੋਂ ਬਾਹਰਲੇ ਬੰਦਾ ਹਾਲਾਂਕਿ ਜ਼ੋਰ ਜ਼ਿਆਦਾ ਲੱਗਦਾ ਹੁੰਦਾ ਖਿੱਚਲਾ ਖਿੱਚਲਾ ਇੱਧਰ ਨੂੰ ਖਿੱਚਲਾ ਉੱਧਰ ਨੂੰ ਖਿੱਚਲਾ ਅਤੇ ਪਰ ਜਿਹੜਾ ਖੇਡਣ ਜਾਂਦਾ ਅਸੀਂ ਦੇਖਿਆ ਕਈ ਬਹੁਤ ਗਲਤ ਤਰੀਕੇ ਨਾਲ ਕਬੱਡੀ ਖੇਡਦੇ ਸੀ ਇੱਥੇ ਇੱਥੇ ਅਮੈਰੀਕਾ ਦੇ ਵਿੱਚ ਹੀ ਕਬੱਡੀ ਅਸੀਂ ਲਾਈਵ ਕਰ ਰਹੇ ਸੀ ਤੋ ਜਿਹੜਾ ਜਾਫੀ ਸੀਗਾ ਉਹਨੇ ਫੜ ਕੇ ਰੇਡਰ ਨੂੰ ਫੜ ਕੇ ਪੁੱਠਾ ਕਰਕੇ ਸਿਰ ਥੱਲੇ ਮਾਰਿਆ ਬੜਾ ਦੁੱਖ ਹੋਇਆ ਔਰ ਇਹੋ ਜਿਹੇ ਪਲੇਅਰਾਂ ਨੂੰ ਬਾਹਰ ਕਰ ਦੇਣਾ ਚਾਹੀਦਾ ਖੇਡਾਂ ਦੇ ਵਿੱਚ ਭਾਵਨਾ ਹੋਣੀ ਚਾਹੀਦੀ ਹੈ ਬਹੁਤ ਚੰਗੇ ਤਰੀਕੇ ਨਾਲ ਖੇਡ ਖੇਡਣੀ ਚਾਹੀਦੀ ਹੈ ਔਰ ਸਾਡੇ ਇੱਕ ਸ਼ਾਦ ਹੈ ਕਬੱਡੀ ਦੇ ਪਲੇਅਰ ਘੱਟ ਜਾਂਦੇ ਸੀ ਇਹਦੇ ਪਾਸੇ ਉਹਨਾਂ ਦੇ ਨੰਬਰ ਘੱਟ ਜਾਂਦੇ ਸੀ ਫਿਰ ਅਤੇ ਸਾਡੇ ਇੱਕ ਪਿੰਡ ਦੇ ਵਿੱਚ ਟੂਰਨਾਮੈਂਟ ਹੋ ਰਿਹਾ ਸੀ ਸਾਡੇ ਪਿੰਡ ਦਾ ਮੁੰਡਾ ਸੀ ਵਾਹ ਤਕੜੀ ਸਿਹਤ ਐਨ ਜਿਮ ਜੁੰਮ ਜਾਂਦਾ ਸੀ ਦੁਬਈ ਰਹਿੰਦਾ ਸੀਗਾ ਦੁਬਈ ਤੋਂ ਆਇਆ ਹੋਇਆ ਸੀ ਪਿੰਡ 'ਚ ਕੁਦਰਤੀ ਉਹ ਕਹਿੰਦੇ ਆਪਣੇ ਪਿੰਡ ਦਾ ਪਲੇਅਰ ਕਹਿੰਦੇ ਘੱਟ ਗਿਆ ਯਾਰ ਤੂੰ ਊਂ ਖੜ ਜਾ ਨਾਲ ਠੀਕ ਆ ਉਹ ਮਿਲਿਆ ਮੁਲਿਆ ਕਿਤੇ ਘੱਟ ਹੀ ਸੀ ਬਾਹਰ ਹੀ ਰਹਿੰਦਾ ਸੀਗਾ ਉਹ ਨਾਲ ਖੜ ਗਿਆ ਤਾਂ ਲੋਕ ਸਾਰੇ ਦੂਜੀ ਟੀਮ ਵਾਲੇ ਡਰਨ ਵੀ ਆਹ ਖਿਡਾਰੀ ਇਹਨਾਂ ਦਾ ਪਤਾ ਨਹੀਂ ਕਿਹੜਾ ਐਡਾ ਜੁੱਸਾ ਲੈ ਵੀ ਇਹ ਤਾਂ ਹਰਾਊ ਆਪਾਂ ਨੂੰ ਅਤੇ ਉਹਨੂੰ ਕਬੱਡੀ ਬਾਰੇ ਨਹੀਂ ਸੀ ਪਤਾ ਕੁਛ ਉਹਨੂੰ ਕਰਿਆ ਸੀ ਖਿਡਾਉਣ ਵਾਸਤੇ ਪਰ ਇਹ ਅਸੂਲ ਸੀ ਕਬੱਡੀ ਦਾ ਕਿ ਇੱਕ ਰੇਡ ਜ਼ਰੂਰ ਪਾਉਣੀ ਪੈਂਦੀ ਸੀਗੀ ਇੱਕ ਅੱਧੀ ਅਤੇ ਉਹ ਪਹਿਲੀ ਰੇਡ ਪਾਉਣ ਗਿਆ ਅਤੇ ਪਹਿਲੀ ਉਹਨੂੰ ਪਤਾ ਹੀ ਨਹੀਂ ਸੀ ਵੀ ਬਾਹਰ ਜਿਹੜੀ ਲਾਈਨ ਹੁੰਦੀ ਉਹ ਤੋਂ ਬਾਹਰ ਨਹੀਂ ਸਿੱਧੀ ਰੇਡ ਪਾਉਂਦਾ ਪਤਾ ਮੇਨ ਲਾਈਨ ਤੋਂ ਬਾਹਰ ਹੋ ਕੇ ਤਾਂ ਵਾਪਸ ਆ ਗਿਆ ਅਤੇ ਨੰਬਰ ਉਹਨਾਂ ਨੂੰ ਮਿਲ ਗਿਆ ਫਿਰ ਕਹਿੰਦੇ ਵੀ ਅੱਛਾ ਅੱਛਾ ਇਹ ਤਾਂ ਇੱਦਾਂ ਹੀ ਹੈ ਕੰਮ ਸੋ ਬੜੇ ਵੱਖਰੇ ਨਜ਼ਾਰੇ ਹੁੰਦੇ ਸੀ ਪਹਿਲਾਂ ਕਬੱਡੀਆਂ ਦੇ ਛਿੰਜਾਂ 'ਚ ਤੁਹਾਡੀਆਂ ਕਾਲਾਂ ਵਾਲੇ ਪਾਸੇ ਚੱਲਦੇ ਆ ਅਤੇ ਜਾਣਦੇ ਤੁਹਾਡੇ ਵਿਚਾਰ ਕਾਲਾਂ ਕਾਫੀ ਸਾਰੀਆਂ ਆਈਆਂ ਹੋਈਆਂ ਹੈਲੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਆਉਂਦੇ ਰਹੋ ਮਨਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਜਗਤਾਰ ਸਿੰਘ ਜੀ ਜੀ ਹਾਂਜੀ ਮੈਂ ਵੈਸੇ ਤਾਂ ਪਿੰਡਾਂ ਦਾ ਹੋਰ ਵਿਸ਼ਾ ਲਿਆ ਸੀ ਫਿਰ ਮੈਂ ਕਿਹਾ ਹੁਣ ਖੇਡਾਂ ਦੀ ਗੱਲ ਹੋਈ ਤਾਂ ਖੇਡਾਂ ਦੀ ਉਹ ਕਰਨੀ ਛਿੰਜਾਂ ਛਿੰਜ ਦੇਖੀ ਛਿੰਜਾਂ ਪਿੰਡਾਂ ਦੀਆਂ ਕਦੇ ਛਿੰਜ ਇੱਦਾਂ ਦੇ ਜਿੱਥੇ ਮੇਲੇ ਲੱਗਦੇ ਸੀ ਉੱਥੇ ਜਾਂਦੇ ਸੀ ਭੂਆ ਨਾਲ ਅੱਛਾ ਮੇਲਿਆਂ ਦੇ ਵਿੱਚ ਜਿੱਦਾਂ ਜਿੱਦਾਂ ਕਿਤੇ ਕਿਤੇ ਜਗ੍ਹਾ 'ਤੇ ਮੇਲੇ ਲੱਗਦੇ ਸੀ ਉੱਥੇ ਹਾਂ ਮੈਂ ਸੰਗਤੇ ਸੀਆਂ ਹੁੰਦਾ ਸੀ ਵਿਸਾਖੀ ਦਾ ਮੇਲਾ ਤੁਹਾਡੇ ਨੇੜੇ ਅੱਛਾ ਹਾਂਜੀ ਉੱਥੇ ਜਾਈਦਾ ਸੀਗਾ ਉੱਥੇ ਤੀਵਨ ਇੱਕ ਕੁਇੰਟਲ 25 ਕਿਲੋ ਦੀ ਹੁੰਦੀ ਸੀ ਉਹ ਜਿਹੜੀ ਲੋਹੇ ਦੀ ਅੱਛਾ ਯਾਰ ਜਿਹੜੀ ਮੋਢੇ ਚੱਕਣੀ ਹੁੰਦੀ ਹਾਂ ਤੇ ਮੂਗਰ ਜਾਂ ਫੇਰਦੇ ਹੁੰਦੇ ਸੀ ਉਹ ਬੜਾ ਵੱਡਾ ਭਾਰਾ ਜਿਹਾ ਹੁੰਦਾ ਸੀ ਉਹ ਵੀ ਬੜਾ ਹਾਂਜੀ ਉਹ ਲਿਆ ਕੇ ਰੱਖ ਲੈਂਦੇ ਸੀ ਉੱਥੇ ਵੀ ਜਿੱਦਾਂ ਸਾਡੇ ਪਿੰਡ ਦਾ ਸਿਆ ਮੁੰਡਾ ਆਪਣੇ ਸਾਡਾ ਚਾਚਾ ਰਾਦਾ ਬਾਰੀ ਬਾਰੀ ਉਹ ਵੀ ਚੱਕ ਲੈਂਦਾ ਸੀ ਮੋਢੇ ਦੇ ਜਦੋਂ ਬਾਕੀ ਦੇ ਸਾਰੇ ਜੂ ਜੂ ਲਾ ਕੇ ਹਟ ਜਾਣਾ ਤੇ ਉਦੋਂ ਕਿਹਾ ਕੀ ਹੁੰਦਾ ਇਹ ਰੁਪਈਆ ਜਾਂ 2 ਰੁਪਈਏ ਉਹ ਸਾਨੂੰ ਬਾਅਦ ਚ ਮਿਲ ਜਾਂਦੇ ਸੀ ਤੇ ਉਹ ਏਦਾਂ ਹੁੰਦਾ ਸੀ ਉਹ ਉੱਥੇ ਵੀ ਏਦਾਂ ਹੁੰਦਾ ਸੀਗਾ ਕਮੇਟੀ ਜਾਣ ਵਾਲਾ ਬੰਦਾ ਬਈ ਥੋੜਾ ਜ਼ੋਰ ਜ਼ਿਆਦਾ ਲੱਗਾ ਹੁੰਦਾ ਇੱਕ ਪਲੇਅਰ ਦਾ ਘੱਟ ਲੱਗਾ ਹੁੰਦਾ ਕਹਿ ਦਿੰਦੇ ਕਿ ਭਲਵਾਨ ਦਾ ਆਖਰੀ ਸਮਾਂ ਜਿਹੜਾ ਯਾਨੀ ਕਿ ਬੁਢਾਪਾ ਬੜਾ ਔਖਾ ਨਿਕਲਦਾ ਤੇ ਉਹਦਾ ਕੀ ਕਾਰਨ ਹੁੰਦਾ
ਰਾਤਾਂ ਇੱਦਾਂ ਨਾ ਉਹ ਜਵਾਨੀ ਵੇਲੇ ਜ਼ੋਰ ਜ਼ਿਆਦਾ ਲਾ ਜਾਂਦਾ ਜਾਂ ਫਿਰ ਜਵਾਨੀ ਵੇਲੇ ਖੁਰਾਕ ਉਹਨੂੰ ਬਹੁਤ ਜ਼ਿਆਦਾ ਖਾਣੀ ਪੈਂਦੀ ਅਤੇ ਬੁਢਾਪੇ ਵੇਲੇ ਖੁਰਾਕ ਵੀ ਖਾਣੀ ਪੈਂਦੀ ਹੈ ਜ਼ੋਰ ਵੀ ਲੱਗ ਜਾਂਦਾ ਔਰ ਤੁਸੀਂ ਲਾ ਲਓ ਇਹ ਸਾਡੇ ਸਾਡੇ ਦੀ ਵੀ ਗੱਲ ਆਉਂਦੀ ਜਿਹੜੇ ਪੁਰਾਣੇ ਬੰਦੇ ਅਸੀਂ ਨਾ ਅਸੀਂ ਆ ਕੇ ਜ਼ੋਰ ਦਾ ਬਹੁਤ ਕੰਮ ਕੀਤਾ ਤੇ ਉਹ ਹੁਣ ਸਾਨੂੰ ਐਂਡ ਤੇ ਪਤਾ ਲੱਗਦਾ ਉਦੋਂ ਤੋਂ ਜਵਾਨੀ ਵੇਲੇ ਪਤਾ ਹੀ ਲੱਗਦਾ ਬੰਦੇ ਨੂੰ ਜ਼ੋਰ ਦਾ ਕੰਮ ਕਰੀ ਜਾਂਦਾ ਫਿਰ ਐਂਡ ਤੇ ਜਾ ਕੇ ਬੰਦੇ ਪਤਾ ਲੱਗਦਾ ਵੀ ਹਾਂ ਉਦੋਂ ਇੰਨਾ ਜ਼ੋਰ ਲਾਉਂਦੇ ਰਹੇ ਹੱਥ ਕੰਮ ਤੇ ਤੇ ਬਾਅਦ ਚ ਐਂਡ ਤੇ ਜਾ ਕੇ ਪਤਾ ਲੱਗਦਾ ਵੀ ਹਾਂ ਬਈ ਵਾਕਿਆ ਹਾਂਜੀ ਇੱਕ ਤਾਂ ਸਰੀਰ ਭਾਰਾ ਹੁੰਦਾ ਭਾਰਾ ਕਰਨਾ ਪੈਂਦਾ ਘੋੜਨ ਵਾਸਤੇ ਹਾਂਜੀ 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 ਠੀਕ ਹੈ ਜੀ ਮਿਹਰਬਾਨੀ ਕਾਲ ਕਰਨ ਦੀ ਓਕੇ ਗੱਲਬਾਤ ਹੋਵੇ ਤਾਂ ਅਪਡੇਟ ਕਰ ਦਿਓ ਬਾਕੀ ਫੇਰ ਬਣ ਬਹੁਤ ਥੈਂਕ ਯੂ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਰਦਾਰ ਸੁਰਿੰਦਰ ਸਿੰਘ ਜੀ ਹਾਂਜੀ ਸਰਦਾਰ ਜਗਤ ਸਿੰਘ ਜੱਗੀ ਕੀ ਹਾਲ ਜੀ ਵਧੀਆ ਜੀ ਵਧੀਆ ਵਧੀਆ ਲੱਗੇ ਹੋਏ ਬਸ ਅੱਜ ਤਾਂ ਪੈਂਟ ਦੇ ਆਪਣੇ ਕਮੀਜ਼ ਦੇ ਨਾਲ ਐਨ ਪੱਗ ਮੇਜ ਕੀਤੀ ਪਈ ਹੈ ਵੈਸੇ ਮੈਂ ਉਹ ਤਾਂ ਜਿਹੜਾ ਸੂਟ ਲੱਗੇ ਚੱਕ ਲਈਦਾ ਮੈਂ ਦੇਖਿਆ ਕਰੀਬ ਬਹੁਤ ਦਿਨ ਹੋ ਗਏ ਪਾਈ ਨਹੀਂ ਕਦੇ ਚੱਲ ਅੱਜ ਹੀ ਪਾ ਲਈ ਬਹੁਤ ਸੋਹਣੀ ਲੱਗਦੀ ਹੈ ਅੱਛਾ ਜੀ ਆਪਾਂ ਅੱਜ ਪਹਿਲਾਂ ਟੂਰਨਾਮੈਂਟ ਜਿਹੜੇ ਪਿੰਡਾਂ 'ਚ ਹੁੰਦੇ ਸੀ ਅੱਜ ਦੇ ਟੂਰਨਾਮੈਂਟ ਕੀ ਫਰਕ ਮਹਿਸੂਸ ਹੁੰਦਾ ਜੀ ਬਹੁਤ ਫਰਕ ਹੈ ਜੀ ਉਹ ਟੂਰਨਾਮੈਂਟ ਹੁੰਦੇ ਸੀ ਬੱਚਿਆਂ ਨੂੰ ਗਾਂਹ ਲਿਆਉਣ ਲਈ ਸਿਹਤ ਬਣਾਉਣ ਲਈ ਪਿੰਡਾਂ 'ਚ ਨਵੀਂ ਪਨੀਰੀ ਨੂੰ ਪੈਦਾ ਕਰਨ ਲਈ ਅੱਜ ਬਿਜ਼ਨਸ ਆ ਜੀ ਅੱਜ ਤਾਂ ਪਿਓਰ ਬਿਜ਼ਨਸ ਆ ਚੰਗੇ ਚੰਗੇ ਮੁੰਡੇ ਜਿਹੜੇ ਆ ਉਹ ਪੈਸਿਆਂ ਨਾਲ ਖਰੀਦੇ ਜਾਂਦੇ ਆ ਟੀਮਾਂ ਬਣਾਈਆਂ ਜਾਂਦੀਆਂ ਉਹ ਜਿਹੜਾ ਸੀ ਦੇਖੋ ਤੁਸੀਂ ਜਦ ਆਪਾਂ ਛੋਟੇ ਸੀ ਹਰੇਕ ਪਿੰਡ 'ਚ ਸ਼ਾਮ ਨੂੰ ਪੰਜ ਚਾਰ ਗਰੁੱਪ ਕਬੱਡੀ ਖੇਡਦੇ ਹੁੰਦੇ ਸੀ ਮੈਂ ਵੀ ਮੈਨੂੰ ਯਾਦ ਆ ਸੀ ਨਿੱਕੇ ਨਿੱਕੇ ਹੁੰਦੇ ਦਾਦਾ ਵੀ ਮਿਲ ਗਿਆ ਪੰਜ ਕਬੱਡੀ ਖੇਡੀ ਗਈ ਤੇ ਮੇਰੇ ਸਿਰ 'ਚ ਸੱਟ ਵੱਜ ਗਈ ਹਾਂਜੀ ਸਿਰ 'ਚ ਸੱਟ ਵੱਜ ਗਈ ਤਾਂ ਮੈਨੂੰ ਉਹ ਘਰੇ ਆਉਣ ਤੱਕ ਮੈਨੂੰ ਮੇਰੀ ਯਾਦ ਆ ਜਮਾਂ ਹੀ ਮੈਨੂੰ ਚੇਤਾ ਮੈਨੂੰ ਇੰਨਾ ਚੇਤਾ ਵੀ ਜਦੋਂ ਮੈਂ ਨਲਕੇ ਥੱਲੇ ਬੈਠਾ ਤੇ ਮੇਰੇ ਸਿਰ 'ਚ ਨਲਕਾ ਗੇੜ ਰਹੇ ਬੀਬੀ ਮੇਰੀ ਤੇ ਪਾਣੀ ਪਾ ਰਹੇ ਤੇ ਮੈਨੂੰ ਜਦੋਂ ਹੋਸ਼ ਆਈ ਤੇ ਮੈਂ ਕਿਹਾ ਖੂਨ ਨਿਕਲਿਆ ਗਿਆ ਕੰਮ ਜਿਹਾ ਹੋ ਜਾਣਾ ਕਿਉਂ ਉਸ ਵੇਲੇ ਪੰਜ ਛੇ ਟੀਮਾਂ ਹਰੇਕ ਪਿੰਡ 'ਚ ਹੁੰਦੀਆਂ ਸੀ ਪੰਜਵੀਂ ਤੋਂ ਲਾ ਕੇ ਅੱਠਵੀਂ ਦੀਆਂ ਦਸਵੀਂ ਦੀਆਂ ਇੱਕਵੀਂ ਦੀਆਂ ਮਤਲਬ ਹਰੇਕ ਤਰ੍ਹਾਂ ਦੇ ਮੁੰਡੇ ਹੁੰਦੇ ਸੀ ਤੇ ਜਿਹੜੀਆਂ ਦੀ ਸਿੰਝਾਂ ਦੀ ਗੱਲ ਕਰਦੇ ਹਰੇਕ ਤੀਏ 'ਚ ਉੱਥੇ ਪਹਿਲੇ ਸਿੰਝ ਪੈਂਦੀ ਹੁੰਦੀ ਸੀ ਆਹ ਹੁਣ ਸਿੰਝਾਂ ਦਾ ਸੀਜ਼ਨ ਹੁੰਦਾ ਸੀ ਆਹ ਜਿਹੜਾ ਹੁਣ ਟਾਈਮ ਨਿਕਲ ਗਿਆ ਨਾ ਭਾਦੋਂ ਦਾ ਅਖੀਰ ਹਾਂਜੀ ਸਾਰਾ ਭਾਦੋਂ ਮਹੀਨਾ ਸਿੰਝਾਂ ਦਾ ਹੁੰਦਾ ਸੀ ਕਿਤੇ ਝੋਟੀਆਂ ਦੇਣੀਆਂ ਕਿਤੇ ਕੁਛ ਘਿਆਂ ਦੇ ਪੀਪੇ ਦੇਣੇ ਕਿਤੇ ਕੁਛ ਜਿੰਨਾ ਗਰੀਬਾਂ ਦਾ ਪਤਾ ਸਿੰਘਾਂ ਦੇ ਵਿੱਚ ਮੈਂ ਹਰਿਆਣੇ ਦੀਆਂ ਸ਼ਾਇਦ ਸਿੰਘਾਂ ਬਹੁਤੀਆਂ ਨਿਕਾ ਜਿਹਾ ਇੱਕ ਬੰਦਾ ਭਲਵਾਨ ਹੈਗਾ ਨਿਕਾ ਜਿਹਾ ਹਾਂਜੀ ਉਹ ਹੁਣ ਉਹ ਇੰਟਰਟੇਨਮੈਂਟ ਵੀ ਕਰਦੇ ਨਾਲ ਇਹਦਾ ਵਿੱਚ ਉਹ ਨਿਕਾ ਜਿਹਾ ਹੈਗਾ ਉਹ ਬੜਾ ਤੇਜ਼ ਹੈਗਾ ਬਾਹਰ ਲੱਗ ਆਪਾਂ ਕਹਿੰਦੇ ਨਹੀਂ ਭਾਰਾ ਹੋਣਾ ਚਾਹੀਦਾ ਬੰਦਾ ਮੈਂ ਦਿਖਾਈ ਸੀ ਇੱਕ ਵਾਰੀ ਪਹਿਲਾਂ ਉਹ ਤਾਂ ਹੁਣ ਤਾਂ ਹਰੇਕ ਜੀ ਜੱਗੀ ਜੀ ਬਿਜ਼ਨਸ ਬਣ ਗਿਆ ਤਾਂ ਬਾਕੀ ਤਾਂ ਛੱਡੋ ਤੁਸੀਂ ਗੁਰਦੁਆਰੇ ਵੀ ਬਿਜ਼ਨਸ ਬਣ ਗਏ ਆ ਹੁਣ ਤਾਂ ਹਰੇਕ ਦਾ ਬਿਜ਼ਨਸ ਆ ਨਾ ਕੋਈ ਗੱਲੇ ਨਹੀਂ ਆ ਸਾਡੇ ਗੁਰਦੁਆਰੇ ਦੇ ਪੈਸੇ ਚੱਕ ਕੇ ਅਸੀਂ ਪ੍ਰਧਾਨਾਂ ਪ੍ਰਧੂਨਾਂ ਨੇ ਤਾਂ ਪ੍ਰੋਪਰਟੀ ਆਪਣੇ ਨਾਂ ਲੈ ਲਈ ਜੀ ਪੈਸੇ ਗੁਰਦੁਆਰੇ ਦੇ ਆ ਲੋਕਾਂ ਨੂੰ ਕਹਿੰਦੇ ਗੁਰਦੁਆਰਾ ਬਣਾਉਣਾ ਤੇ ਪ੍ਰੋਪਰਟੀ ਆਪਣੇ ਨਾਂ ਲੋ ਪੈਸੇ ਗੁਰਦੁਆਰੇ ਦੇ ਆ ਜੀ ਤੇ ਛੱਡਣ ਨੂੰ ਕਹਿੰਦੇ ਛੱਡਣਾ ਵੀ ਹੈ ਨੀ ਗਾ ਫਿਰ ਬੰਦੇ ਇਕੱਠੇ ਕਰਕੇ ਲੈ ਆਉਂਦੇ ਆ ਸ਼ਰਾਬਾ ਜੁਗਾ ਪਾ ਕੇ ਬੰਦੇ ਨੂੰ ਲੈ ਆਉਂਦੇ ਇਕੱਠੇ ਕਰਕੇ ਹਜ਼ਾਰਾਂ ਮੁੰਡੇ ਜਾਂਦੇ ਨੀ ਕਹਾ ਨਵੀਂ ਪੀੜ੍ਹੀ ਕਿੱਥੇ ਜਾਂਦੀ ਆ ਜੀ ਹੁਣ ਬੰਦੇ ਹੋ ਗਏ ਨਿਆਣੇ ਜਾਣੇ ਹਟ ਗਏ ਆ ਸਿੰਘਾਂ ਬਹੁਤ ਉਦੋਂ ਪਿੰਡਾਂ ਜੱਗੀ ਉਦੋਂ ਪਿੰਡਾਂ ਦੇ ਨਵੇਂ ਬੱਚਿਆਂ ਨੂੰ ਨਵਿਆਂ ਨੂੰ ਟਾਈਮ ਦਿੱਤਾ ਜਾਂਦਾ ਸੀ ਮਾੜਿਆਂ ਨੂੰ ਗਰੀਬਾਂ ਨੂੰ ਹਰੇਕ ਵਰਗ ਨੂੰ ਹੁਣ ਤਾਂ ਉਹ ਤਕੜੇ ਭਲਵਾਨ ਤਕੜੇ ਮੁੰਡੇ ਜਿਹੜੇ ਗਾਹਾਂ ਜਾਂਦੇ ਉਹ ਰਹਿ ਗਏ ਬਾਕੀ ਤਾਂ ਖਤਮ ਹੀ ਹੋ ਗਿਆ ਸਭ ਕੁਛ ਜਿਹੜੀਆਂ ਅਕੈਡਮੀਆਂ ਕੂੜੀਆਂ 'ਚ ਤਕੜੇ ਘਰਾਂ ਦੇ ਮੁੰਡੇ ਜਾਂ ਕੋਈ ਜਿਹੜਾ ਪਾ ਸਕਦਾ ਉਹ ਪਾ ਉੱਥੇ ਬਣ ਬੁਣ ਕੇ ਗਾਹਾਂ ਨਿਕਲ ਜਾਂਦੇ ਜਿਹੜਾ ਉਹ ਪਿੰਡਾਂ ਦੀ ਪਨੀਰੀ ਸੀ ਉਹ ਤਾਂ ਖਤਮ ਹੀ ਹੋ ਗਈ ਨਾ ਗੱਲ ਬਿਲਕੁਲ ਹੀ ਪਹਿਲਾਂ ਝੋਟੀਆਂ ਦਿੰਦੇ ਹੁੰਦੇ ਸੀ ਜਾਂ ਮਤਲਬ ਪਹਿਲੇ ਨੰਬਰ ਦੇ ਮੱਝ ਵਧੀਆ ਝੋਟੀ ਦੇਣੀ ਜਾਂ ਕੋਈ ਮੋਟਰਸਾਈਕਲ ਜਾਂ ਫੇ ਘੇ ਦੇ ਪੀਪੇ ਦੋ ਚਾਰ ਦੇਣੇ ਜੇ ਬੜੇਮਿਆਂ ਦੀ ਬੋਰੀ ਦੇਣੀ ਏਦਾਂ ਕੋਈ ਪਹਿਲਾਂ ਏਦਾਂ ਦੇ ਨਾਮ ਹੁੰਦੇ ਚਲੋ ਉਸ ਵੇਲੇ ਮਤਲਬ ਸ਼ੌਂਕ ਬਹੁਤ ਸੀ ਲੋਕਾਂ ਨੂੰ ਦੇਖਣ ਵੀ ਬਹੁਤ ਜਾਂਦੇ ਸੀ ਨਾ ਲੋਕ ਤੇ ਹਰ ਪਨੀਰੀ ਪਿੰਡਾਂ ਦੀ ਹੁੰਦੀ ਸੀ ਬਾਕੀ ਹੁਣ ਤਾਂ ਬਿਜ਼ਨਸ ਬਣ ਗਿਆ ਸਭ ਕੁਛ ਜੀ ਹੁਣ ਤਾਂ ਮੈਚ ਹੋਣ ਵਾਲਾ ਆਪਣਾ ਕਹਿੰਦੇ ਪੰਜੇ ਤੱਕੜੀ ਝਾੜੂ ਦੇ ਨਾਲ ਰੁੱਸੇ ਇਕੱਠੇ ਹੋਣ ਲਈ ਬਣਤ ਬਣਾਉਣ ਲੱਗੇ ਜਿੱਦਾਂ ਲੰਡੇ ਨੂੰ ਮੀਣਾ ਆ ਮਿਲਦਾ ਚੇਤਿਓਂ ਜੱਫੀਆਂ ਪਾਉਣ ਲੱਗੇ ਬੰਨੀ ਜਿਸ ਨੇ ਤਬਦੀਲੀਆਂ ਦੀ ਬਣੀ ਲਹਿਰ ਵਿੱਚ ਰੋੜੇ ਰਕਾਉਣ ਲੱਗੇ
ਸੋਚਾਂ ਸੋਚਦੇ ਲੋਕਾਂ ਦੇ ਵਿੱਚ ਦੇਖੋ ਭੰਬਲ ਭੂਸੇ ਜਿਹੇ ਹੋਰ ਵਧਾਉਣ ਲੱਗੇ, ਬੜਾ ਬਣੇਗਾ ਖਾਸ ਪੰਜਾਬੀਆਂ ਲਈ, ਭਾਵੇਂ ਕਹਿਣ ਨੂੰ ਆਮ ਜਿਹੀ ਚੋਣ ਵਾਲਾ, ਚੜ੍ਹਦੇ ਸਾਲ ਪੰਜਾਬ ਦੇ ਵਾਸੀਆਂ ਦਾ ਕਰਤਾ ਇਮਤਿਹਾਨ ਹੈ ਹੋਣ ਵਾਲਾ, ਚੜ੍ਹਦੇ ਸਾਲ ਪੰਜਾਬ ਦੇ ਵਾਸੀਆਂ ਦਾ ਕਰੜਾ ਇਮਤਿਹਾਨ ਹੈ ਹੋਣ ਵਾਲਾ, ਲੱਗਦਾ ਜੀ ਕੁਛ ਨਾ ਕੁਛ ਤਾਂ ਜ਼ਰੂਰ ਹੋਏਗਾ, ਹੋਊਗਾ ਜ਼ਰੂਰ ਜੀ, ਹੋਣਾ ਚਾਹੀਦਾ, ਬੰਦੇ ਬਦਲਣੇ ਚਾਹੀਦੇ, ਨਹੀਂ ਬੰਦੇ ਭਾਵੇਂ ਪਾਰਟੀਆਂ ਵੀ ਜੱਗੀ ਜੇ ਇਹ ਰਹਿਣ, ਬੰਦੇ ਵੀ ਇਹ ਰਹਿਣ, ਇਹਨਾਂ ਨੂੰ ਜਿੱਦਾਂ ਹੁਣ ਸਵਾਲ ਲੋਕ ਕਰਨ ਲੱਗੇ, ਇਹਨੂੰ ਬਿਠਾਲ ਕੇ ਪੁੱਛਣ ਪਿਆ ਵਾਅਦੇ ਕੀਤੇ ਸੀ ਕਿੱਥੇ ਸਾਡੇ ਕੰਮ ਗਏ ਬਈ, ਬੰਦੇ ਬਿਨਾਂ ਬਦਲਣ, ਪਾਰਟੀਆਂ ਬਿਨਾਂ ਬਦਲਣ, ਰਹਿਣ ਵੀ ਇਹ, ਬਣਾਉਣ ਵੀ ਇਹਨਾਂ ਨੂੰ, ਪਰ ਇਹਨਾਂ ਨੂੰ ਸਵਾਲ ਜ਼ਰੂਰ ਪੁੱਛਣਾ ਦੇ ਪੈਰੀ ਹੱਥ ਲਾਉਣੋ ਹਟਣ ਲੋਕ, ਫਿਰ ਪਤਾ ਲੱਗੂਗਾ। ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਸਿੰਦਰ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ ਪਰਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ। ਹਾਂਜੀ ਤੁਸੀਂ ਨੰਬਰ ਨੋਟ ਕਰ ਲੋ, 530 ਏਰੀਆ ਕੋਡ ਹੈ। ਜਾਰੀ ਰੱਖਾਂਗੇ ਤੇ ਗੱਲ ਜਿਹੜੀ ਆਪਾਂ ਕਰ ਰਹੇ ਅੱਜ ਪੁਰਾਣੀਆਂ ਛਿੰਝਾਂ ਦਾ ਚੇਤਾ ਮੈਨੂੰ ਆਇਆ ਅੱਜ, ਮੈਂ ਕਿਹਾ ਚਲੋ ਖੇਡਾਂ ਦੇ ਨਾਲ ਰਿਲੇਟਡ ਹੈ, ਇੱਕ ਬੜਾ ਵੱਖਰੀ ਤਰ੍ਹਾਂ ਦਾ ਛਿੰਝਾਂ ਦਾ ਮਾਹੌਲ ਹੁੰਦਾ ਸੀ, ਅੱਜ ਕੱਲ੍ਹ ਤਾਂ ਚੇਂਜ ਹੋ ਗਿਆ ਸਾਰਾ ਕੁਛ, ਭਲਵਾਨੀ ਜਿਹੜੀ ਉਹ ਵੀ ਚੇਂਜ ਹੋ ਗਈ, ਬਦਲ ਗਈ ਬਹੁਤ ਵੱਡੇ ਪੱਧਰ 'ਤੇ, ਔਰ ਛਿੰਝਾਂ ਦਾ ਇੱਕ ਵੱਖਰਾ ਨਜ਼ਾਰਾ ਪਿੰਡਾਂ ਦਾ ਹੁੰਦਾ ਸੀ, ਪਿੰਡਾਂ ਵਾਲੇ ਵਾਸਤੇ ਉਹੀ ਸਾਰਾ ਕੁਛ ਹੁੰਦਾ ਸੀਗਾ। ਸੋ ਛਿੰਝਾਂ ਦੀ ਗੱਲ ਕਰ ਰਹੇ ਖਾਸ ਤੌਰ 'ਤੇ, ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ, ਕਾਲ ਕਰਕੇ ਗੱਲ ਕਰ ਸਕਦੇ ਹੋ, ਫਿਲਹਾਲ ਇੱਕ ਬ੍ਰੇਕ ਲੈਂਦੀ ਹੈ, ਦੇਖਦੇ ਰਹੋ ਜਸਟ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਹਾਜ਼ਰ ਹੈ ਜੀ, ਪ੍ਰੋਗਰਾਮ ਮਾਈਦਾ ਲੈ ਕੇ, ਅਤੇ ਨਾਲ ਦੀ ਨਾਲ ਕਾਲਾਂ ਸਿਲਸਿਲਾ ਵੀ ਚੱਲਦਾ, ਅਤੇ ਵੀਕਐਂਡ ਹੁੰਦਾ ਅੱਜ, ਅਤੇ ਬਹੁਤ ਸਾਰੇ ਦਰਸ਼ਕ ਆਰਾਮ ਨਾਲ ਘਰ ਬੈਠ ਕੇ ਪ੍ਰੋਗਰਾਮ ਦੇਖ ਰਹੇ ਨੇ, ਅਤੇ ਕੱਲ੍ਹ ਦੋ ਤਿੰਨ ਛੁੱਟੀਆਂ ਦੋ ਹੋ ਜਾਂਦੀਆਂ, ਅਤੇ ਆਉਣ ਵਾਲੇ ਦਿਨ ਲੇਬਰ ਡੇ ਵੀ ਆ ਰਿਹਾ, ਸੇਲਾਂ ਸੁੱਲਾਂ ਵੀ ਮੇਰੇ ਖਿਆਲ ਇਸ ਵੀਕਐਂਡ 'ਤੇ ਲੱਗੀਆਂ ਹੋਣਗੀਆਂ ਵਾਹਵਾ ਅਮਰੀਕਾ ਦੇ ਵਿੱਚ, ਅਤੇ ਬਾਕੀ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ, ਅਤੇ ਨਾਲ ਦੀ ਨਾਲ ਕਾਲਾਂ ਸਿਲਸਿਲਾ ਜਿਹੜਾ ਅੱਗੇ ਵਧਾਉਂਦੇ ਹਾਂ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਆਉਂਦੇ ਰਹੋ, ਸਰਦਾਰ ਗੁਰਮੇਲ ਸਿੰਘ ਜੀ ਧੀਰ ਸਾਹਿਬ। ਹਾਂਜੀ ਸਰਦਾਰ ਜਗਤਾਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਅਤੇ ਸਾਰੇ ਭੈਣਾਂ ਭਰਾਵਾਂ ਨੂੰ ਵੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ, ਅਤੇ ਕੀ ਕੋਈ ਅਪਡੇਟ ਹੈ ਜੀ ਤੁਹਾਡੇ ਮੁਲਕ ਦੀ? ਸਾਡੇ ਮੁਲਕ ਦੀ ਅਪਡੇਟ ਇਹ ਹੈ ਕਿ ਹੁਣ ਲਿਬਰਲ ਪਾਰਟੀ ਅਤੇ ਜਿਹੜੀ ਦੂਜੀ ਕੰਜ਼ਰਵੇਟਿਵ ਪਾਰਟੀ ਆ ਉਹ ਨੈਕ ਟੂ ਨੈਕ ਆ ਗਈਆਂ ਨੇ, ਲਿਬਰਲ 34% ਆ ਅਤੇ ਕੰਜ਼ਰਵੇਟਿਵ 33%, ਅਤੇ NDP 20 'ਤੇ ਅਪ ਹੋਈ ਆ, ਕਿ ਪਹਿਲਾਂ ਥੋੜ੍ਹੀ ਡਾਊਨ ਸੀ ਹੁਣ ਅਪ ਹੋਈ ਆ, ਕਿਉਂਕਿ ਹਾਂਜੀ, ਅਤੇ ਹੁਣ ਦੇਖੋ NDP ਜਿਹੜੀ ਇਹ ਕੰਜ਼ਰਵੇਟਿਵ ਦੇ ਨਾਲ ਬਿਲਕੁਲ ਨਹੀਂ ਰਲਦੀ, ਕਿਉਂਕਿ ਕੰਜ਼ਰਵੇਟਿਵ ਨੇ ਜਿਹੜੇ ਉਹ ਵੀ ਤੁਹਾਡੇ ਰਿਪਬਲਿਕ ਦੀ ਤਰ੍ਹਾਂ ਸਰਮਾਏਦਾਰ ਨੇ, ਅਤੇ NDP ਆ ਜਿਹੜੀ ਇਹ ਮਜ਼ਦੂਰ ਤਬਕੇ ਅਤੇ ਮਿਡਲ ਕਲਾਸ ਦੀ ਪਾਰਟੀ ਆ। ਸੋ ਇਹ ਹਾਂ ਉਹਨਾਂ ਦੇ ਨਾਲ ਰਲ ਜਾਂਦੇ ਆ, ਪਹਿਲਾਂ ਵੀ ਰਲੇ ਆ, ਉਸ ਤੋਂ ਪਹਿਲਾਂ ਵੀ ਕਈ ਵਾਰੀ ਦੋ ਤਿੰਨ ਵਾਰੀ ਰਲੇ ਨੇ, ਅਤੇ ਜੇ ਮਾਇਨੋਰਟੀ ਗਵਰਨਮੈਂਟ ਆਈ ਤਾਂ ਇਹ ਲਿਬਰਲ ਪਾਰਟੀ ਨਾਲ ਹੀ ਰਲਣਗੇ, ਅਤੇ ਇਹ ਇਹ ਹੁਣ ਕੰਜ਼ਰਵੇਟਿਵ ਪਾਰਟੀ ਨਾਲ ਨਹੀਂ ਰਲਣਗੇ, ਨਾ ਹੀ ਸਾਡੇ ਖਿਆਲਾਤ ਇਹਨਾਂ ਨਾਲ ਮਿਲਦੇ ਨੇ, ਸਰਮਾਏਦਾਰਾਂ ਦੀ ਪਾਰਟੀ ਆ। ਹਾਂਜੀ, ਅਤੇ ਮੈਂ ਹੁਣ ਗੱਲ ਕਰਨੀ ਚਾਹਾਂ ਇੱਕ ਮਿੰਟ ਕੇ, ਜਲਿਆਂ ਵਾਲੇ ਬਾਗ ਦੀ ਅੱਜ ਖਬਰ ਆਈ ਅਤੇ ਉੱਥੇ ਮੁਰੰਮਤ ਵਗੈਰਾ ਕੀਤੀ ਗਈ ਆ, ਉਹਦਾ ਵਰਚੁਅਲ ਇਹਦਾ ਜਿਹੜਾ ਉਦਘਾਟਨ ਕੀਤਾ ਨਰਿੰਦਰ ਮੋਦੀ ਨੇ, ਮੈਂ ਬੜਾ ਹੈਰਾਨ ਹੋਇਆ, ਨਰਿੰਦਰ ਮੋਦੀ ਕਦੇ ਵੀ ਜਾ ਕੇ ਜਲਿਆਂ ਵਾਲੇ ਬਾਗ ਦੇ ਵਿੱਚ ਇੱਕ ਵੀ ਵਾਰੀ ਨਹੀਂ ਗਿਆ, ਕਹਿੰਦੀ ਤੁਸੀਂ ਦੇਖੋ ਕਿ ਇਹਨਾਂ ਨੂੰ ਅਮਰ ਚਾਹੀਦਾ ਤਾਂ ਇਹ ਸੀ ਵੀ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੇ ਖਾਨਦਾਨਾਂ ਦੇ ਵਿੱਚੋਂ ਕੋਈ ਬੰਦਾ ਲਿਆਂਦਾ ਜਾਂਦਾ ਜਿਵੇਂ ਇਹਨਾਂ ਮੁਲਕਾਂ ਦੇ ਵਿੱਚ ਹੁੰਦਾ, ਉਹਨਾਂ ਤੋਂ ਉਦਘਾਟਨ ਕਰਾਉਂਦੇ ਜਿਹਨਾਂ ਨੇ ਸ਼ਹੀਦਾਂ ਦਿੱਤੀਆਂ ਨੇ। ਹੁਣ ਅੰਮ੍ਰਿਤਸਰ ਦੇ ਵਿੱਚ ਬਹੁਤ ਇਹੋ ਜਿਹੀਆਂ ਫੈਮਿਲੀਆਂ ਰਹਿੰਦੀਆਂ ਨੇ ਜਿਹਨਾਂ ਦੇ ਬਜ਼ੁਰਗ ਸ਼ਹੀਦ ਹੋਏ ਨੇ ਜਲਿਆਂ ਵਾਲੇ ਬਾਗ ਦੇ ਵਿੱਚ, ਹਾਂਜੀ, ਕਿੰਨੀ ਇਹ ਸ਼ਰਮ ਵਾਲੀ ਗੱਲ ਆ ਕਿ ਇੱਕ ਇਹੋ ਜਿਹੇ ਬੰਦੇ ਨੂੰ ਤੁਸੀਂ ਉਦਘਾਟਨ ਕਰਾਉਂਦੇ ਹੋ ਜਿਹਦਾ ਕੋਈ ਸ਼ਹੀਦਾਂ ਦੇ ਨਾਲ ਨਾ ਕੋਈ ਦੇਸ਼ ਦੀ ਆਜ਼ਾਦੀ ਨਾਲ ਕੋਈ ਤਲਕ ਨਹੀਂ ਗਾ, ਸਭ ਕਰਾਉਂਦੇ ਨੀ, ਇਹ ਤਾਂ ਕਰਦੇ ਨੇ ਨਾ ਆਪ ਪ੍ਰਾਈਮ ਮਿਨਿਸਟਰ, ਪੰਜਾਬ ਨੂੰ ਬੋਲਣਾ ਚਾਹੀਦਾ, ਪੰਜਾਬ ਦੇ ਜਿਹੜੀਆਂ ਪਾਰਟੀਆਂ ਨੇ ਉਹਨਾਂ ਨੂੰ ਬੋਲਣਾ ਚਾਹੀਦਾ,
ਪੰਜਾਬ ਦਾ ਜਿਹੜਾ ਮੁੱਖ ਮੰਤਰੀ ਆ ਇਹਨਾਂ ਦੇ ਬਜ਼ੁਰਗ ਤਾਂ ਅੰਗਰੇਜ਼ਾਂ ਦੇ ਟਾਊਟ ਹੁੰਦੇ ਸੀ ਆਪਾਂ ਨੂੰ ਪਤਾ ਹੀ ਆ ਹਾਂਜੀ ਤੇ ਇਹਨਾਂ ਨੇ ਕੀ ਉੱਥੇ ਸ਼ਹੀਦਾਂ ਨੂੰ ਯਾਦ ਕਰਨਾ ਮੈਂ ਤਾਂ ਅਸੀਂ ਤਾਂ ਹੁਣ ਤੱਕ ਉਹ ਸ਼ਹੀਦਾਂ ਨੂੰ ਸਲਾਮ ਕਰਦੇ ਹਾਂ ਅੱਛਾ ਹੁਣ ਮੈਂ ਗੱਲ ਹੀ ਕਰਨੀ ਚਾਹੁੰਦਾ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਨਾ ਸਾਡੇ ਮਾਲਵੇ ਦੇ ਵਿੱਚ ਸਿੰਝ ਨਹੀਂ ਕਹਿੰਦੇ ਮੈਨੂੰ ਕੈਨੇਡਾ ਆ ਕੇ ਪਤਾ ਲੱਗਿਆ ਜਦੋਂ ਮੈਂ ਆਪਣੇ ਜਲੰਧਰ ਦੇ ਲੋਕਾਂ ਨਾਲ ਦੁਆਬੇ ਦੇ ਲੋਕਾਂ ਨਾਲ ਆ ਕੇ ਮਿਲਣ ਗਿਲਣ ਲੱਗਿਆ ਤਾਂ ਮੈਨੂੰ ਪਤਾ ਲੱਗਿਆ ਵੀ ਸਿੰਝ ਕੀ ਹੁੰਦੀ ਆ ਸਾਡੇ ਕਹਿੰਦੇ ਸਾਡੇ ਕਹਿੰਦੇ ਆ ਵੀ ਘੋਲ ਜਾਂ ਕੋਈ ਏਦਾਂ ਦੇ ਅਖਾੜੇ ਲੱਗਣੇ ਹਾਂਜੀ ਤੇ ਉਹਨਾਂ ਜ਼ਮਾਨਿਆਂ ਦੇ ਵਿੱਚ ਜੱਗੀ ਜੀ ਕੋਈ ਰਾਜਨੀਤਿਕ ਲੀਡਰ ਨਹੀਂ ਸੀ ਬੁਲਾਇਆ ਜਾਂਦਾ ਹੁੰਦਾ ਅੱਜ ਕੱਲ੍ਹ ਤਾਂ ਹਾਂਜੀ ਅੱਜ ਕੱਲ੍ਹ ਤਾਂ ਮਨਿਸਟਰ ਜਾਂ ਮੁੱਖ ਮੰਤਰੀ ਨੂੰ ਬੁਲਾਉਂਦੇ ਨੇ ਨਾ ਇਹ ਕੋਈ ਚੰਗੀ ਗੱਲ ਨਹੀਂ ਹੈਗੀ ਇਹਨਾਂ ਰਾਜਨੀਤਿਕ ਲੀਡਰਾਂ ਨੂੰ ਬੁਲਾਉਣਾ ਤੇ ਅੱਛਾ ਦੇਖੋ ਸਾਡੇ ਇਲਾਕੇ ਦੇ ਵਿੱਚ ਘੋਲ ਹੁੰਦੇ ਸੀ ਜਿਹੜੇ ਪਿੱਠ ਲਾ ਕੇ ਘੋਲ ਕਰਨ ਵਾਲੇ ਤੇ ਹਾਂਜੀ ਤੇ ਫਿਰ ਗੋਦਿਆਂ ਵਾਲੇ ਉਹ ਵੀ ਗਾਉਣ ਵਾਲੇ ਆਉਂਦੇ ਹੁੰਦੇ ਸੀ ਪਬਲਿਕ ਰਿਲੇਸ਼ਨ ਵਾਲਿਆਂ ਦੇ ਮੇਲਾ ਗਾਉਣ ਹੁੰਦੇ ਸੀ ਜਿਹਨਾਂ ਵਿੱਚ ਲਾਲ ਚੰਦ ਜੰਗਲਾ ਜੱਟ ਹਰਚਰਨ ਗਰੇਵਾਲ ਨਰਿੰਦਰ ਬੀਬਾ ਰਜਿੰਦਰ ਰਾਜਨ ਤੇ ਤਮਿਲ ਆਪਣੇ ਕਰਮਜੀਤ ਧੂਰੀ ਹਾਂਜੀ ਜਗਤ ਸਿੰਘ ਜੱਗਾ ਇਹ ਲੋਕ ਆਉਂਦੇ ਹੁੰਦੇ ਸੀ ਬਹੁਤ ਸੋਹਣਾ ਮਾਹੌਲ ਹੁੰਦਾ ਸੀ ਕਬੱਡੀ ਮੇਰਾ ਬ੍ਰਦਰ ਵੀ ਓਪਨ ਕਬੱਡੀ ਖੇਡਦਾ ਰਿਹਾ ਚੰਗਾ ਤਗੜਾ ਪਲੇਅਰ ਸੀ ਤੇ ਫਿਰ ਸਾਡੇ ਪਿੰਡ ਦੇ ਦੋ ਬੜੇ ਬਹੁਤ ਤਗੜੇ ਪਲੇਅਰ ਹੋਏ ਨੇ ਦਰਸ਼ਨ ਸਿੰਘ ਤੇ ਮਲਕੀਤ ਸਿੰਘ ਉਹ ਫਿਰ ਉਹਨਾਂ ਨੂੰ ਇੱਕ ਤਾਂ ਸ਼ੀਲਡ ਵੀ ਮਿਲਦੀ ਸੀ ਤੇ ਜਾਂ ਬਨੈਣਾ ਜਾਂ ਇਸ ਤਰ੍ਹਾਂ ਕੁਛ ਕੱਪੜੇ ਤੇ ਇਹਨਾਂ ਨੂੰ ਤੇ ਦਰਸ਼ਨ ਸਿੰਘ ਤੇ ਮਲਕੀਤ ਸਿੰਘ ਲਾਈਨਮੈਨ ਲਾਇਆ ਗਿਆ ਸੀਗਾ ਦਿੱਲੀ ਦੇ ਮਹਿਕਮੇ ਚ ਹਾਂਜੀ ਕਬੱਡੀ ਦੇ ਬੇਸ ਤੇ ਕਬੱਡੀ ਵੀ ਬਹੁਤ ਤਗੜੀ ਖੇਡਦੇ ਸੀ ਕਈ ਵਾਰੀ ਏਦਾਂ ਦੀਆਂ ਉਸ ਵੇਲੇ ਨੌਕਰੀਆਂ ਲਾਈਆਂ ਜਾਂਦੀਆਂ ਸੀ ਤੇ ਅੱਜ ਕੱਲ੍ਹ ਤਾਂ ਨੌਕਰੀਆਂ ਮੰਗਦੇ ਫਿਰਦੇ ਆ ਨਾ ਵਿਚਾਰੇ ਸਪੋਰਟਸਮੈਨ ਲੇਕਿਨ ਉਦੋਂ ਨੌਕਰੀਆਂ ਤੇ ਲਾਉਂਦੇ ਹੁੰਦੇ ਸੀ ਆਪ ਗੌਰਮੈਂਟ ਤੇ ਹਾਂਜੀ ਤੇ ਇਹ ਖੇਡਾਂ ਖੇਡਦੇ ਸੀ ਤੇ ਬਾਕੀ ਕੋਈ ਨਸ਼ਾ ਨਹੀਂ ਸੀ ਹੁੰਦਾ ਔਰ ਸਾਰੇ ਇਹ ਕੇਸਾਧਾਰੀ ਹੁੰਦੇ ਸੀਗੇ ਕਬੱਡੀ ਦੇ ਪਲੇਅਰ ਜਿਵੇਂ ਅੱਜ ਕੱਲ੍ਹ ਤਾਂ ਮਤਲਬ ਬਾਲ ਕੱਟੇ ਹੋਏ ਨੇ ਉਦੋਂ ਕੋਈ ਨਹੀਂ ਸੀ ਬਾਲ ਕੱਟਦਾ ਹੁੰਦਾ ਜਿਹੜੇ ਖੇਡਦੇ ਉਹਨਾਂ ਦਾ ਕੰਮ ਕੰਮ ਮਾਡਲ ਬਣਨਾ ਚਾਹੀਦਾ ਬਾਲ ਰੱਖੇ ਚਾਹੀਦੇ ਪੂਰੇ ਕਿਉਂਕਿ ਪਹਿਲਾਂ ਦੇ ਪਲੇਅਰ ਉਹ ਕਬੱਡੀ ਦੇ ਰੱਖਦੇ ਹੁੰਦੇ ਸੀ ਚਲੋ ਘੋਲ ਦੀ ਤਾਂ ਗੱਲ ਹੋਰ ਆ ਘੋਲ ਦੇ ਵਿੱਚ ਨਹੀਂ ਚੱਲਦਾ ਬਹੁਤ ਘੱਟ ਹੁੰਦਾ ਸੀ ਬਹੁਤ ਘੱਟ ਹੁੰਦਾ ਸੀ ਪਰ ਕਈ ਜਿਹੜੇ ਆਮ ਗੁੱਗੇ ਪੀਰ ਦਾ ਮੇਲਾ ਹੁੰਦਾ ਸੀ ਉੱਥੇ ਸਾਡੀਆਂ ਔਰਤਾਂ ਆਪਣੀਆਂ ਭੈਣਾਂ ਵੀ ਜਾਂਦੀਆਂ ਹੁੰਦੀਆਂ ਸੀ ਮੇਲੇ ਤੇ ਉੱਥੇ ਵੀ ਏਦਾਂ ਦੇ ਘੋਲ ਹੋਇਆ ਕਰਦੇ ਸੀ ਜਿੱਦਾਂ ਕੋਈ ਜਿੱਦਾਂ ਛਪਾਰ ਦਾ ਮੇਲਾ ਜਾਂ ਪਿੰਡਾਂ ਦੇ ਵਿੱਚ ਮਾੜੀ ਦੇ ਮੇਲੇ ਲੱਗਣੇ ਉੱਥੇ ਵੀ ਖੋਲ ਹੁੰਦੇ ਸੀ ਉੱਥੇ ਵੀ ਖਾਡੀਆਂ ਹੁੰਦੀਆਂ ਸੀ ਬਹੁਤ ਮਿਹਰਬਾਨੀ ਜੀ ਹਾਂਜੀ ਓਕੇ ਜੀ ਓਕੇ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੱਗੀ ਜੀ ਹਾਂਜੀ ਮੈਂ ਆਪਣੇ ਪਿੰਡ ਦੀ ਛਿੰਝ ਦੀ ਗੱਲ ਕਰਦਾ ਜੀ ਸਾਡੇ ਪਿੰਡ ਛਿੰਝ ਲੱਗਦੀ ਆ ਪਤਾ ਨਹੀਂ ਬਜ਼ੁਰਗ ਦੱਸਦੇ ਆ ਕਿੰਨੀਆਂ ਸਾਲਾਂ ਮੇਰੀ ਸਦੀਆਂ ਤੋਂ ਚੱਲੀ ਆ ਰਹੀ ਆ ਇਹ ਸਾਡਾ ਬਿਆਸ ਪਿੰਡ ਆ ਜੀ ਉਹ ਸਰਦਾਰ ਫੌਜਾ ਸਿੰਘ ਜਿਹੜਾ ਮੈਰਾਥੋਨ ਰਨਰ ਆ ਉਹਦੇ ਪਿੰਡ ਦਾ ਮੈਂ ਇਹ ਸਾਡਾ ਟਾਂਡਾ ਪਠਾਨਕੋਟ ਰੋਡ ਦੇ ਪਿੰਡ ਪੈਂਦਾ ਜਲੰਧਰੋਂ ਕੋਈ 15-16 ਕਿਲੋਮੀਟਰ ਜਾ ਕੇ ਕਾਲੇ ਬੱਕਰੇ ਤੋਂ ਪਹਿਲਾਂ ਉੱਥੇ ਦੀ ਛਿੰਝ ਜੀ ਮੈਂ ਜਦੋਂ ਦੀ ਹੋਸ਼ ਸੰਭਾਲੀ ਆ 55-56 ਤੋਂ ਉਹਨਾਂ ਜ਼ਮਾਨਿਆਂ ਜੀ ਸਾਡੇ ਦੋ ਦਿਨ ਛਿੰਝ ਪੈਂਦੀ ਆ ਜੀ ਇੱਕ ਦਿਨ ਤਾਂ ਗੁਰੂ ਰਵਿਦਾਸੀ ਪਾਉਂਦੇ ਪਹਿਲੇ ਦਿਨ ਦੂਸਰੇ ਦਿਨ ਪਿੰਡ ਦੇ ਜੱਟ ਜ਼ਿਮੀਦਾਰ ਪਾਉਂਦੇ ਆ ਜੀ ਹਾਂਜੀ ਪਹਿਲੇ ਦਿਨ ਹਮੇਸ਼ਾ ਗੁਰੂ ਰਵਿਦਾਸੀਆਂ ਦੀ ਹੁੰਦੀ ਸੀ ਦੂਸਰੇ ਦਿਨ ਸਾਡੇ ਜੱਟ ਜ਼ਿਮੀਦਾਰ ਦਾ ਛਿੰਝ ਸੀ ਤੇ ਉਹਨਾਂ ਜ਼ਮਾਨਿਆਂ ਦੀ ਛਿੰਝ ਮੈਂ ਤੁਹਾਨੂੰ ਦੱਸਦਾ ਜੀ 55-56 ਦੀਆਂ ਗੱਲਾਂ ਉਹਨਾਂ ਜ਼ਮਾਨਿਆਂ ਵਿੱਚ ਜੱਟ ਦੂਸਰੇ ਦਿਨ ਘੋੜਿਆਂ ਊਠਾਂ 'ਤੇ ਛਿੰਝ ਦੇਖਣ ਆਉਂਦੇ ਹੁੰਦੇ ਸੀਗੇ
ਤੇ ਮੇਰੇ ਬਾਪ ਨੇ ਕਹਿਣਾ, ਮੈਂ ਛੋਟਾ ਜਿਹਾ ਹੁੰਦਾ ਸੀ, ਕਹਿਣਾ ਵੀ ਤੂੰ ਜਦੋਂ ਮੇਲਾ ਛਿਣ ਲੱਗਾ ਉਸ ਵੇਲੇ ਮੈਨੂੰ ਛਿੰਝ ਨਹੀਂ ਦਿਸਣਾ ਚਾਹੀਦਾ, ਐਵੇਂ ਕਿਸੇ ਊਠ ਥੱਲੇ ਆ ਜਾਂਦਾ। ਹੁਣ ਦੇਖੋ ਜੀ, ਜਿਹੜੀਆਂ ਛਿੰਝਾਂ ਹੁਣ ਪੈਂਦੀਆਂ ਅਜੇ ਵੀ ਚੱਲਦੇ, ਮੈਂ ਕਦੀ ਕਦੀ ਦੇਖਦਾ ਹੁੰਦਾ ਆਪਣੇ ਪਿੰਡ ਜਾ ਕੇ। ਹੁਣ ਜਿਹੜੇ ਊਠ ਘੋੜੇ ਆਲੇ ਦੁਆਲੇ ਖੜੇ ਹੁੰਦੇ ਸੀਗੇ ਘੋੜ ਵਾਲੇ ਪਿੰਡ ਦੇ, ਤਾਂ ਹੁਣ ਉੱਥੇ ਟਰੈਕਟਰ ਖੜੇ ਹੁੰਦੇ ਆ ਜੀ। ਹਾਂਜੀ, ਤੇ ਨਿੱਕੇ ਹੁੰਦੇ ਵੱਖਰਾ ਜੀ, ਬਿਲਕੁਲ ਢੋਲ ਵੱਜਣੇ, ਬਾਵਾ ਭਲਵਾਨ ਵੀ ਬੜੇ ਚੰਗੇ ਚੰਗੇ ਹੁੰਦੇ ਸੀਗੇ ਘੁਲਦੇ, ਤੇ ਪਿੰਡ ਦੇ ਚੌਧਰੀ ਸਾਡੇ ਫਿਰਦੇ ਹੁੰਦੇ ਸੀ, ਜਿਹੜਾ ਫਿਰ ਢਹਿ ਜਾਂਦਾ ਸੀ ਉਹਨਾਂ ਨੂੰ ਨਾਮ ਦੇਣੇ, ਤੁਰੇ ਫਿਰਦੇ ਹੁੰਦੇ ਵਿੱਚ ਪਿੰਡ ਦੇ। ਹਾਂਜੀ, ਬਹੁਤ ਮਿਹਰਬਾਨੀ, ਗੱਲਾਂ ਕਾਫੀ ਸਾਰੀਆਂ ਨੇ, ਇੱਕ ਗੱਲ ਹੋਰ ਲੈ ਕੇ ਦੇਖ ਲੈਂਦੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਆਉਂਦੇ ਰਹੋ ਆਪਣਾ ਖਰਾਣਾ ਸਾਹਿਬ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ। ਹਾਂਜੀ, ਪਹਿਲੇ ਤੇ ਮੈਂ ਥੈਂਕ ਯੂ ਮੇਰੇ ਸਵਾਗਤ ਲਈ। ਮੈਂ ਸਭ ਤੋਂ ਪਹਿਲੇ ਤਾਂ ਮੈਂ ਐਡਮਿਟ ਕਰਨਾ ਚਾਹਾਂਗਾ ਕਿ ਮੈਂ ਛਿੰਝਾਂ ਦਾ ਲਫ਼ਜ਼ ਪਹਿਲੀ ਵਾਰੀ ਸੁਣਿਆ। ਅੱਛਾ, ਤੁਸੀਂ ਪਹਿਲੀ ਵਾਰ ਸੁਣਿਆ? ਤੁਹਾਡਾ ਉਹ ਤਾਂ ਦਿੱਲੀ ਤੋਂ ਤੁਸੀਂ ਹੈ ਨਾ? ਨਾ, ਮੈਂ ਦਿੱਲੀ ਤੋਂ ਆਉਣਾ, ਤੇ ਮੈਂ ਕਰਨੈਲ ਸਿੰਘ ਜੀ ਸਟੇਡੀਅਮ ਸੀ ਰੇਲਵੇ ਦਾ, ਉੱਥੇ ਮੇਰਾ ਬਚਪਨ ਗੁਜ਼ਰਿਆ। ਅੱਛਾ ਜੀ। ਤੇ ਰੇਲਵੇ ਦੀਆਂ ਖੇਡਾਂ ਤੇ ਰਣਜੀ ਦੀ ਟਰਾਫੀ ਦੇ ਸਾਰੇ ਮੈਚ ਵੇਖ ਕੇ ਤੇ ਉੱਥੇ ਜਵਾਨ ਹੋਇਆ। ਤੁਹਾਡਾ ਧੰਨਵਾਦ ਤੁਹਾਨੂੰ, ਤੁਸੀਂ ਸਾਡੇ ਵਿਰਸੇ ਤੇ ਪਿਛੋਕੜ ਨਾਲ ਜੋੜਦੇ ਹੋ, ਤੇ ਸਾਡੀ ਜਿਹੜੀ ਹੈ ਨਾ ਮੁੜ ਕੇ ਜਿਹੜੀ ਸਾਡਾ ਬੁਢਾਪਾ ਜਿਹੜਾ ਹੈ ਨਾ ਉਹਦੇ ਵਿੱਚ ਇੱਕ ਰਵਾਨੀਅਤ ਲਿਆ ਦਿੰਦੇ ਹੋ। ਮੈਂ ਦੇਖੋ ਗੱਲ ਇਹ ਹੈਗੀ ਹੈ, ਫਰੈਂਕਲੀ ਸਪੀਕਿੰਗ, ਤੇ ਨਾ ਤੇ ਪੰਜਾਬੀ ਚ ਵੀ ਆਤੰਗ ਹੈ, ਅੰਗਰੇਜ਼ ਚ ਅਸੀਂ ਤੇ ਵਾਇਆ ਬਠਿੰਡਾ ਪੜ੍ਹ ਪੁੜ ਕੇ ਬਸ ਇਸ ਤਰੀਕੇ ਨਾਲ ਗੁਜ਼ਾਰਾ ਕਰਕੇ ਜ਼ਿੰਦਗੀ ਦੇ ਵਿੱਚ। ਹੁਣ ਮੈਂ ਟੌਪਿਕ ਤੇ ਆਉਣਾ ਤੁਹਾਡੇ, ਸਪੋਰਟਸ। ਉਹ ਕਹਿੰਦੇ ਜੀ, ਪੜ੍ਹੋਗੇ ਲਿਖੋਗੇ ਬਣੋਗੇ ਨਵਾਬ, ਖੇਡੋਗੇ ਕੁਦੋਗੇ ਬਣੋਗੇ ਖਰਾਬ। ਖਰਾਬ ਤੇ ਹਾਂ, ਖਰਾਬ ਤੇ ਦੇਖੋ ਬੱਚਿਆਂ ਨੂੰ ਉਹ ਸਾਡੇ ਵੇਲੇ ਤੇ ਇਹੋ ਹੀ ਕਿਹਾ ਜਾਂਦਾ ਸੀ, ਸਪੋਰਟਸ ਤੋਂ ਦੂਰ ਰੱਖਿਆ ਜਾਂਦਾ ਸੀ। ਪਰ ਹੁਣ ਮੈਂ ਸਾਰੇ ਪੰਜਾਬੀਆਂ ਨੂੰ, ਸਾਰੇ ਜਿਹੜੇ ਜਸ ਪੰਜਾਬੀ ਦੇ ਲਿਸਨਰਸ ਨੂੰ ਨਾ, ਇਹ ਅਖਾਣ ਜਿਹੜੇ ਪੁਰਾਣੇ ਨੇ ਨਾ, ਉਹਨਾਂ ਤੋਂ ਅਸੀਂ ਚੇਂਜ ਹੋਈਏ। ਹਾਂਜੀ ਬਿਲਕੁਲ, ਹਾਂਜੀ, ਮੈਂਟਲੀ ਐਂਡ ਫਿਜ਼ੀਕਲੀ ਫਿਟ ਰਹਿਣ ਵਾਸਤੇ। ਤੇ ਪਰ ਅਸੀਂ ਕਿੱਥੇ ਜਾ ਰਹੇ? ਮੈਨੂੰ ਛੋਟਾ ਇੱਕ ਛੋਟਾ ਜਿਹਾ ਦੇਖੋ, ਜਿਹੜੇ ਹਰੀ ਸਿੰਘ ਜੀ ਨਲਵਾ ਸਨ, ਉਹ ਰਣਜੀਤ ਸਿੰਘ, ਮਹਾਰਾਜ ਰਣਜੀਤ ਸਿੰਘ ਜੀ ਹਰ ਸਾਲ ਕੋਲ ਕਰਾਉਂਦੇ ਹੁੰਦੇ ਸਨ, ਤੇ ਉਹਨਾਂ ਤੋਂ ਉੱਥੋਂ ਪ੍ਰੋਡਕਟ ਸਨ ਉਹ। ਤੇ ਹਾਂ, ਉਹਦੇ 'ਚ ਉਸ ਕੋਲ ਕਰਾਉਂਦੇ, ਉਹਦੇ 'ਚ ਫੌਜ 'ਚ ਬੰਦੇ ਲੈਂਦੇ ਹੁੰਦੇ ਸਨ, ਤੇ ਹਰੀ ਸਿੰਘ ਜੀ ਨਲਵਾ ਉਹਦੇ ਵਿੱਚੋਂ ਨਿਕਲ ਕੇ ਆਏ। ਤੇ ਫਿਰ ਉਧਰੋਂ ਜਿਹੜੇ ਹੈਗੇ ਸਨ ਸਾਡੇ ਦਾਰਾ ਸਿੰਘ ਜੀ, ਦੇਖੋ ਭਲਵਾਨੀ 'ਚ ਕਿ ਉਹਨਾਂ ਨੇ ਐਸਾ ਨਾਂ ਖੁੱਟਿਆ ਪੰਜਾਬੀ 'ਚ। ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਜਦੋਂ ਭੀਮ ਦਾ ਰੋਲ ਕਿਸੇ ਚੀਜ਼ 'ਚ ਕਰਨਾ ਹੋਵੇ, ਤੇ ਯਾਰ ਕੀ ਕਹਿੰਦੇ ਨੇ ਹਨੂੰਮਾਨ ਦਾ ਰੋਲ ਕਰਨਾ ਹੋਵੇ ਨਾ, ਸਾਨੂੰ ਪੰਜਾਬੀ ਚੇਤੇ ਆਉਂਦਾ। ਹਾਂ, ਤੇ ਦਾਰਾ ਸਿੰਘ ਤੇ ਇਸ ਤੋਂ ਵੱਡੀ ਕੋਈ ਐਗਜ਼ਾਮਪਲ ਨਹੀਂ ਹੋ ਸਕਦੀ। ਤੇ ਅਸੀਂ ਆਪਣੇ ਬੱਚਿਆਂ ਨੂੰ ਖੇਡਾਂ ਨਾਲ ਜੋੜੀਏ, ਖੇਡਾਂ ਨਾਲ ਜੋੜੀਏ। ਥੈਂਕ ਯੂ ਜੀ, ਥੈਂਕ ਯੂ। ਕੁਛ ਕਰਾਂਗੇ, ਇੱਕ ਦੋ ਕਾਲਾਂ ਲੈਣਗੀਆਂ। ਅਤੇ ਗੱਲ ਇੱਦਾਂ ਵੀ ਵਾਕਈ ਖੇਡਾਂ ਜ਼ਰੂਰੀ ਨੇ ਸਿਹਤ ਵਾਸਤੇ, ਵੀਡੀਓ ਗੇਮ ਨਹੀਂ ਹੈਗੀ, ਮੋਬਾਈਲ 'ਤੇ ਖੇਡਾਂ ਨਹੀਂ ਖੇਡਣੀ ਚਾਹੀਦੀਆਂ, ਗਰਾਊਂਡ 'ਚ ਖੇਡਣੀ ਚਾਹੀਦੀਆਂ। ਸਾਡੇ ਇਲਾਕੇ ਦੀ ਗੱਲ ਕਰੀਏ, ਸਾਡੇ ਇਲਾਕੇ ਦੇ ਮੇਹਰਦੀਨ ਸਾਹਿਬ ਹੈਗੇ ਆ, ਮੇਹਰਦੀਨ ਜਿਹੜੇ ਬਹੁਤ ਮਸ਼ਹੂਰ ਪਹਿਲਵਾਨ ਹੋਏ ਨੇ, ਉਹ ਸ਼ਾਹਕੋਟ ਦੇ ਹੁੰਦੇ ਸੀਗੇ। ਸਾਨੂੰ ਉਹਨਾਂ ਦੇ ਅਖਾੜੇ ਵਿੱਚ ਜਾਣ ਦਾ, ਨਿੰਮਾ ਵਾਲਾ ਸਕੂਲ ਉੱਥੇ ਪੈਂਦਾ ਇੱਕ, ਉੱਥੇ ਉਹਨਾਂ ਦਾ ਅਖਾੜਾ ਹੁੰਦਾ ਸੀ ਲੱਗਦਾ, ਉਹ ਨਿੱਕੇ ਨਿੱਕੇ ਹੁੰਦੇ ਕਈ ਵਾਰ ਦੇਖਣ ਜਾਂਦੇ ਹੁੰਦੇ ਸੀਗੇ। ਫਿਲਮ ਦੇਖ ਲੈਂਦੇ ਆਪਣੇ, ਇੱਕ ਵਾਰ ਫਿਰ ਮਿਲਦੇ ਹਾਂ। ਪ੍ਰੋਗਰਾਮ ਦਾ ਸਮਾਂ ਤਕਰੀਬਨ ਖਤਮ, ਪਰ ਅੱਜ ਅਸੀਂ ਗੱਲ ਛਿੰਝਾਂ ਦੀ ਇੱਕ ਬੜੀ ਚੰਗੀ ਗੱਲ ਮੈਨੂੰ ਲੱਗੀ, ਕਿਉਂਕਿ ਪੰਜਾਬ ਦੀ ਗੱਲ ਕਰੀਏ ਤਾਂ ਹਰ 30 ਕਿਲੋਮੀਟਰ ਤੋਂ ਬਾਅਦ ਬੋਲੀ ਤਕਰੀਬਨ ਚੇਂਜ ਹੋ ਜਾਂਦੀ ਹੈ। ਵੈਸੇ ਜ਼ਿਆਦਾਤਰ ਚੀਜ਼ਾਂ ਨੂੰ ਤਾਂ ਅਸੀਂ ਪੰਜਾਬ ਦੇ ਸਾਰੇ ਵਿੱਚ ਉਹੀ ਕਹਿੰਦੇ, ਪਰ ਛਿੰਝ ਦਾ ਅੱਜ ਪਤਾ ਲੱਗਿਆ ਵੀ ਮਾਲਵੇ ਦੇ ਵਿੱਚ ਛਿੰਝ ਨਹੀਂ ਕਹਿੰਦੇ, ਹਾਲਾਂਕਿ ਮਾਲਵੇ ਵਿੱਚ ਵੀ ਸਾਨੂੰ ਬਹੁਤ ਜਾਣ ਦਾ ਮੌਕਾ ਮਿਲਿਆ, ਪਰ ਇਹ ਮੈਨੂੰ ਵੀ ਅੱਜ ਇਹ ਗੱਲ ਪਹਿਲੀ ਵਾਰ ਪਤਾ ਲੱਗੀ। ਸੋ ਉਮੀਦ ਕਰਦਾ ਜੀ ਅੱਜ ਦਾ ਪ੍ਰੋਗਰਾਮ ਤੁਹਾਨੂੰ ਵਧੀਆ ਲੱਗਿਆ ਹੋਏਗਾ। ਈਮੇਲ ਕਰ ਸਕਦੇ ਹੋ ਕਿਸੇ ਵੀ ਗੱਲਬਾਤ ਲਈ, jaggi@justbroadcasting.com ਜਾਂ ਫਿਰ info@justbroadcasting.com। ਫੇਸਬੁੱਕ, ਟਵਿੱਟਰ ਤੋਂ ਇਲਾਵਾ ਵਟਸਐਪ ਨੰਬਰ ਹੈਗਾ, ਸੈੱਲ ਨੰਬਰ ਹੈਗਾ ਮੇਰਾ ਸਾਰਾ, ਕਿਤੇ ਵੀ ਸੰਪਰਕ ਕਰ ਸਕਦੇ ਹੋ। ਮੁੱਕਦੀ ਗੱਲ 'ਤੇ ਹੈ ਜੀ, ਈਵੈਂਟ ਸ਼ੁਰੂ ਹੋ ਗਈਆਂ ਨੇ, ਲਾਈਵ ਪ੍ਰੋਗਰਾਮ ਸ਼ੁਰੂ ਹੋ ਗਏ ਨੇ। ਕਿਤੇ ਵੀ ਕੋਈ ਲਾਈਵ ਕਰਾਉਣਾ, ਕੋਈ ਰਿਕਾਰਡ ਕਰਨਾ, ਕੋਈ ਖਬਰ ਦੇਣੀ, ਕੋਈ ਐਡ ਦੇਣੀ ਹੈ, ਬਿਜ਼ਨਸ ਦੀ ਪ੍ਰਮੋਸ਼ਨ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ, ਤਾਂ ਸੈੱਲ ਨੰਬਰ ਮੇਰਾ ਹੈਗਾ, ਉੱਤੇ ਕਾਲ ਕਰ ਸਕਦੇ, 209-450-33-62। ਕਿਤੇ ਵੀ ਕਿਸੇ ਤਰ੍ਹਾਂ ਦੀ ਸਰਵਿਸ ਦੀ ਲੋੜ ਹੈ ਸਾਡੀ ਜਸ ਪੰਜਾਬੀ, ਤਾਂ ਅਸੀਂ ਹਾਜ਼ਰ ਹਾਂ। ਹੁਣ ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰਾਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ।